HP Sync Chatter Store presents Travel Hotspot, Explore BC. ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਟਰੈਵਲ ਹੌਟਸਪੌਟ ਐਕਸਪਲੋਰ ਬੀਸੀ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਤੁਹਾਡਾ ਸਭ ਦਾ ਸਵਾਗਤ ਹੈ। ਤੇ ਸਭ ਤੋਂ ਪਹਿਲਾਂ ਬਿਨਾਂ ਕਿਸੇ ਦੇਰੀ ਤੋਂ ਸਵਾਗਤ ਕਰ ਲੈਂਦੇ ਹਾਂ ਜੀ ਕਰਨ ਸਿੰਘ ਚਾਵਲਾ ਦਾ। ਕਰਨ, ਸਵਾਗਤ ਹੈ ਜੀ ਤੁਹਾਡਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਅਰਸ਼ੀ, ਕੀ ਹਾਲ ਹੈ ਜੀ? ਬਹੁਤ ਵਧੀਆ, ਤੁਸੀਂ ਸੁਣਾਓ ਕੀ ਹਾਲ ਚਾਲ? ਇਕਦਮ ਗੁੱਡ ਜੀ ਗੁੱਡ। ਲਾਈਟਾਂ ਤੇ ਖੜੇ ਆ ਜੀ, ਤਾਂ ਮੈਨੂੰ ਥੋੜਾ ਜਿਹਾ ਧਿਆਨ ਰੱਖਣਾ ਪੈਣਾ ਇੱਧਰ। ਬਿਲਕੁਲ, ਸੋ ਤੁਸੀਂ ਆਸੇ ਪਾਸੇ ਦਾ ਵੀ ਧਿਆਨ ਰੱਖਣਾ ਤੇ ਆਡੀਅੰਸ, ਸਾਡੇ ਦਰਸ਼ਕ ਜਿਹੜੇ ਹਰ ਰੋਜ਼ ਦੀ ਤਰ੍ਹਾਂ ਜੁੜਦੇ ਨੇ, ਹਰ ਰੋਜ਼ ਸਾਂਝਾ ਟੀਵੀ ਦੇਖਦੇ ਨੇ ਤੇ ਵੀਕਐਂਡ ਦੇ ਉੱਤੇ ਟਰੈਵਲ ਹੌਟਸਪੌਟ ਪ੍ਰੋਗਰਾਮ ਦੇਖਦੇ ਨੇ, ਉਹਨਾਂ ਸਾਰਿਆਂ ਦੇ ਲਈ ਅਸੀਂ ਗੱਲਾਂ ਬਾਤਾਂ ਵੀ ਕਰਨੀਆਂ ਨੇ ਤੇ ਉਮੀਦ ਕਰਦੇ ਹਾਂ ਕਿ ਸਾਰੇ ਆਪਣੇ ਆਪਣੇ ਘਰ ਦੇ ਵਿੱਚ ਠੀਕ ਠਾਕ ਹੋਵੋਗੇ। ਸੋ ਕਰਨ ਦੀ ਜੇ ਗੱਲ ਕਵਾਂ ਤਾਂ ਕਰਨ ਪਿਛਲੇ ਹਫ਼ਤੇ ਤੋਂ ਥੋੜਾ ਜਿਹਾ ਜਿਹੜਾ ਆ ਉਹ ਕਹਿ ਸਕਦੇ ਹਾਂ ਕਿ ਠੀਕ ਨਹੀਂ ਚੱਲ ਰਿਹਾ। ਵੈਦਰ ਫੋਰਕਾਸਟ ਠੀਕ ਨਹੀਂ ਸੀਗਾ, ਵੈਦਰ ਦਾ ਪ੍ਰਭਾਵ ਦੇ ਹੇਠ ਆਇਆ ਹੋਇਆ ਸੀ। ਬਟ ਡੈਡੀਕੇਸ਼ਨ ਦੇਖੋ ਤੁਸੀਂ, ਮੁੰਡੇ ਦੀ ਛੁੱਟੀ ਕੋਈ ਵੀ ਨਹੀਂ ਕੀਤੀ। ਸੋ ਹੁਣ ਮੈਂ ਉਮੀਦ ਕਰਨੀ ਹੈ ਕਿ ਕਰਨ ਤੁਸੀਂ ਵੀ ਠੀਕ ਠਾਕ ਹੋਵੋਗੇ। ਬਿਲਕੁਲ ਬਿਲਕੁਲ, ਹੁਣ ਹੌਲੀ ਹੌਲੀ ਕੀ ਕਹਿੰਦੇ ਲਾਸਟ ਫਰਾਈਡੇ ਤੋਂ ਸੀਗੇ ਜੀ, ਹੁਣ ਸਾਰਿਆਂ ਦੇ ਦੇਖੋ ਵੈਦਰ ਹੀ ਇਹੋ ਜਿਹਾ ਕਿ ਹਾਂ ਹੁਣ ਹੌਲੀ ਹੌਲੀ ਰਿਕਵਰ ਕਰ ਰਹੇ ਹੈਗੇ ਆ। ਤੇ ਹਾਂਜੀ, ਪ੍ਰੀਕੋਸ਼ਨ ਸਾਰੇ ਰੱਖਣੇ ਪੈਂਦੇ ਆ। ਮੇਰੇ ਪੁਰਾਣੇ ਐਪੀਸੋਡ 'ਚ ਕਾਫੀ ਫੂਕ ਮਾਰ ਲਈ ਬਿਨਾਂ ਜੈਕਟਾਂ ਤੋਂ। ਹਾਂ, ਸੋ ਇਹ ਹੈ ਕਿ ਜੈਕਟ ਪਾਓ ਜੀ, ਆਪਣਾ ਧਿਆਨ ਰੱਖੋ ਪੂਰਾ ਪ੍ਰੋਪਰ, ਕਿਉਂਕਿ ਵੈਦਰ ਹੀ ਉਸ ਤਰ੍ਹਾਂ ਦਾ ਹੈ। ਸੋ ਇਹ ਹੈ ਕਿ ਡਰਾਈ ਵੈਦਰ ਹੈ, ਕੋਈ ਪਤਾ ਨਹੀਂ ਕਿ ਮੀਂਹ ਕਦੋਂ ਆਉਣ ਲੱਗ ਜਾਂਦਾ। ਸੋ ਇਸ ਵਾਰ ਸ਼ੁਕਰ ਹੈ ਕਿ ਸਨੋਅ ਜਿਹੜੀ ਆ ਉਹ ਨਹੀਂ ਪਈ, ਪਰ ਮੌਸਮ ਦੇ ਹਿਸਾਬ ਦੇ ਨਾਲ ਤਾਂ ਮਤਲਬ ਸਨੋਅ ਵੀ ਜਚਦੀ ਹੈ ਕਿ ਸਨੋਅ ਵੀ ਹੋਣੀ ਚਾਹੀਦੀ। ਸੋ ਦੇਖਦੇ ਹਾਂ ਕਿ ਵੈਦਰ ਕੀ ਕਹਿੰਦਾ ਐਂਡ ਆਫ ਦਾ ਮੰਥ ਕਰਕੇ, ਕਿਉਂਕਿ ਸਾਲ ਦਾ ਅਖੀਰਲੇ ਦਿਨ ਚੱਲ ਰਹੇ ਹੈਗੇ ਨੇ ਤੇ ਨਵਾਂ ਸਾਲ ਚੜ੍ਹਨ ਵਾਲਾ, ਤੇ ਤੁਹਾਨੂੰ ਨਵੀਆਂ ਨਵੀਆਂ ਜਗ੍ਹਾ ਤੇ ਘੁਮਾ ਰਹੇ ਹਾਂ। ਸੋ ਜਿਵੇਂ ਮੈਂ ਕਿਹਾ ਕਿ ਨਵੀਆਂ ਜਗ੍ਹਾ ਦੇ ਉੱਤੇ ਜਾਣਾ ਤੇ ਸਾਲ ਦਾ ਈਅਰ ਐਂਡ ਹੈ ਤੇ ਈਅਰ ਐਂਡ ਦੇ ਉੱਤੇ ਹੁੰਦੀਆਂ ਜੀ ਰੌਣਕਾਂ, ਕ੍ਰਿਸਮਸ ਦੀਆਂ ਰੌਣਕਾਂ। ਤੇ ਜਿਹੜੀ ਆਪਾਂ ਹੁਣ ਆਪਣਾ ਸੀਜ਼ਨ ਜਿਹੜਾ ਸਟਾਰਟ ਹੋ ਚੁੱਕਿਆ ਜੀ, ਐਸ ਸੂਨ ਐਸ ਆਪਾਂ ਜਦ ਆਪਾਂ ਦਸੰਬਰ ਮੰਥ ਚੜ੍ਹਦਾ ਸਾਡਾ, ਤਾਂ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਇੱਕ ਤਾਂ ਜਿਵੇਂ ਤੁਸੀਂ ਕਿਹਾ ਸਨੋ ਪਲੱਸ ਲਾਈਟਾਂ ਤੇ ਪਲੱਸ ਆਪਣੀ ਜਿਹੜੀ ਆਡੀਅੰਸ ਚ ਨਾ ਡਿਫਰੈਂਟ ਟਾਈਪ ਦੀ ਆਪਣੇ ਪਬਲਿਕ ਚ ਵਾਈਬ ਜੀ ਆਣੀ ਸਟਾਰਟ ਹੋ ਜਾਂਦੀ ਹੈ। ਉਹ ਮਫਲਰਸ ਨਿਕਲ ਆਉਂਦੇ ਆ, ਕੋਜ਼ੀਨੈਸ ਨਿਕਲ ਆਉਂਦੀ ਹੈ ਘਰਾਂ ਦੇ, ਘਰਾਂ ਦੀ ਜਿਹੜੇ ਉਹ ਲੋਕ ਇੰਨੇ ਜਾਣ ਦੀ ਕੋਸ਼ਿਸ਼ ਕਰਾਂਗੇ, ਜਾ ਕੇ ਦੇਖਣ ਦੀ ਕੋਸ਼ਿਸ਼ ਕਰਾਂਗੇ ਕਿ ਈਅਰ ਐਂਡ ਦੀਆਂ ਰੌਣਕਾਂ ਕਿਸ ਤਰ੍ਹਾਂ ਦੀਆਂ ਨੇ। ਸੋ ਸਭ ਤੋਂ ਪਹਿਲਾਂ ਦੱਸ ਦਈਏ ਕਿ ਸਾਡੇ ਪ੍ਰੋਗਰਾਮ ਨੂੰ ਸਪਾਂਸਰ ਕੀਤਾ ਜੀ HP Sync Chatter Store ਜੀ, ਦੋ ਲੋਕੇਸ਼ਨਾਂ ਨੇ, ਸਕੌਟ ਰੋਡ ਐਂਡ ਪਾਇਲ ਬਿਜ਼ਨਸ। ਬਿਲਕੁਲ, ਕਿਸੇ ਵੀ ਲੋਕੇਸ਼ਨ ਤੇ ਪਹੁੰਚ ਸਕਦੇ ਆ ਤੇ ਤੁਸੀਂ ਚੈਨਲ ਦਾ ਨਾਮ ਲੈ ਸਕਦੇ ਹੋ, ਸਾਡਾ ਨਾਮ ਲੈ ਸਕਦੇ ਆ, ਜਾਂ ਫਿਰ ਟਰੈਵਲ ਹੌਟਸਪੌਟ ਦਾ ਨਾਮ ਲੈ ਸਕਦੇ ਤੇ ਤੁਹਾਨੂੰ ਮਿਲੇਗਾ 50% ਆਫ। ਕੰਡੀਸ਼ਨਸ ਅਪਲਾਈ ਨੇ, ਜਰੂਰ ਪਹੁੰਚੋ ਜੀ HP Sync Chatter Store। ਤੇ ਹੁਣ ਅਸੀਂ ਚੱਲੇ ਆ ਜੀ ਸ਼ਹਿਰ ਦੇ ਵਿੱਚ, ਚੱਲੀਏ ਸ਼ਹਿਰ ਦੇ ਵਿੱਚ ਕਾਰ ਚੱਲੇ। ਅੱਛਾ ਅਰਸ਼ੀ, ਮੈਨੂੰ ਐ ਕਿ ਆਪਾਂ ਇੱਕ ਆ ਦੱਸ ਦਈਏ ਕਿ ਵੈਸੇ ਤਾਂ ਸਾਡੇ ਸ਼ੋਅ ਦੇ ਸਪਾਂਸਰ ਦੇਖੋ ਜੀ HP Sync ਹੈਗੇ, ਤੇ ਬਟ ਆਪਾਂ ਅੱਜ ਵੈਸੇ ਇੱਕ ਗੈਸਟ ਦੇ ਤੌਰ ਤੇ ਇੱਕ ਦੇਸੀ ਬਾਈਟ ਵੀ ਦੱਸਦੀ। ਹਾਂਜੀ, ਸੋ ਦੇਸੀ ਬਾਈਟ ਰੈਸਟੋਰੈਂਟ ਵੀ ਜਿਹੜਾ ਪ੍ਰੋਗਰਾਮ ਨੂੰ ਸਪਾਂਸਰ ਕਰ ਰਿਹਾ ਜੀ ਅੱਜ ਦੇ ਦਿਨ ਦੇ ਲਈ। ਸੋ ਦੇਸੀ ਬਾਈਟ ਪਾਇਲ ਬਿਜ਼ਨਸ ਸੈਂਟਰ ਦੇ ਵਿੱਚ ਹੈ, ਇੰਡੀਅਨ ਫੂਡ ਦੇ ਲਈ ਫੇਮਸ ਹੈ। ਜੂਸ ਇਹਨਾਂ ਦੇ ਫਰੈਸ਼ ਜੂਸ ਬੜੇ ਹੀ ਲਾਜਵਾਬ ਨੇ, ਤੁਸੀਂ ਇੱਕ ਵਾਰੀ ਜ਼ਰੂਰ ਇਹਨਾਂ ਨੂੰ ਜਿਹੜਾ ਉਹ ਕੰਟੈਕਟ ਕਰ ਸਕਦੇ ਆ, ਇਹਨਾਂ ਨੂੰ ਜਿਹੜਾ ਉਹ ਜਾ ਕੇ ਮਿਲ ਸਕਦੇ ਆ, ਕਿਉਂਕਿ 24/7 ਇਹਨਾਂ ਦੀ ਸਰਵਿਸ ਹੈਗੀ ਆ। ਤੇ ਨਾਲ ਨਾਲ ਸਾਡਾ ਸਾਂਝਾ ਟੀਵੀ ਦਾ ਰੈਫਰੈਂਸ ਦੇਣ ਤੇ ਤੁਹਾਨੂੰ ਮਿਲੇਗਾ ਜੀ 15% ਆਫ। ਸੋ 15% ਆਫ ਇੰਜੋਏ ਕਰੋ ਫੂਡ ਦੇ ਉੱਤੇ, ਜ਼ਰੂਰ ਪਹੁੰਚੋ ਦੇਸੀ ਬਾਈਟਸ ਰੈਸਟੋਰੈਂਟ ਦੇ ਨਾਲ ਨਾਲ ਅਸੀਂ ਤੁਹਾਨੂੰ ਦਿਖਾਉਂਦੇ ਹਾਂ ਜੀ ਕ੍ਰਿਸਮਸ ਦੀਆਂ ਰੌਣਕਾਂ। ਟਰੈਵਲ ਹੌਟਸਪੌਟ ਐਕਸਪਲੋਰ BC, ਜਿਵੇਂ ਤੁਹਾਨੂੰ ਮੈਂ ਤੇ ਕਰਨ ਨੇ ਦੱਸਿਆ ਕਿ ਅੱਜ ਅਸੀਂ ਦੇਖਣੀਆਂ ਵੈਨਕੂਵਰ ਤੇ ਸਰੀ ਸ਼ਹਿਰ ਦੇ ਵਿੱਚ ਕ੍ਰਿਸਮਸ ਦੀਆਂ ਰੌਣਕਾਂ।
ਤੇ ਸਭ ਤੋਂ ਪਹਿਲਾਂ ਅਸੀਂ ਜਿਹੜੀ ਜਗ੍ਹਾ ਤੇ ਪਹੁੰਚਿਆ ਤੁਸੀਂ ਮੇਰੇ ਮਗਰ ਦੇਖ ਹੀ ਲਿਆ ਹੋਣਾ, ਵੈਨਕੂਵਰ ਆਰਟ ਗੈਲਰੀ। ਆਰਟ ਗੈਲਰੀ ਬੜੀ ਫੇਮਸ ਹੈ ਜੀ, ਤੇ ਇੱਥੇ ਡੈਕੋਰੇਸ਼ਨਸ ਤੇ ਖਾਸ ਕਰਕੇ ਬਹੁਤ ਬਹੁਤ ਹਿਊਜ ਇੱਕ ਕ੍ਰਿਸਮਸ ਟ੍ਰੀ ਲੱਗਿਆ ਹੁੰਦਾ। ਸੋ ਅੱਜ ਕ੍ਰਿਸਮਸ ਟ੍ਰੀ ਦੇ ਬਿਲਕੁਲ ਮੈਂ ਸਾਹਮਣੇ ਖੜੀ ਹਾਂ ਤੇ ਤੁਹਾਨੂੰ ਵੀ ਦਿਖਾਵਾਂਗੇ। ਸੋ ਕਰਨ, ਇਹ ਕ੍ਰਿਸਮਸ ਟ੍ਰੀ ਤੁਸੀਂ ਦੱਸਿਆ ਆਲਰੇਡੀ ਅਪ ਹੋ ਗਿਆ, ਕਦੋਂ ਕਿ ਇਹਨੂੰ ਅਪ ਕਰ ਦਿੰਦੇ? 10 ਕੁ ਦਿਨ ਪਹਿਲਾਂ, ਲਾਸਟ ਵੀਕ ਪਹਿਲਾਂ ਆਲਮੋਸਟ ਇਹਦਾ ਸੈਟਅਪ ਸਾਰੀ ਸਟਾਰਟ ਹੋ ਜਾਂਦੀ ਹੈ ਜੀ, ਬਟ ਹਜੇ ਮੈਨੂੰ ਲੱਗਦਾ ਲਾਸਟ ਵੀਕਐਂਡ ਤੇ ਸਿੰਸ ਸੈਟਰਡੇ ਹੀ ਇਹਨਾਂ ਨੇ ਉਹ ਇਨੋਗਰੇਸ਼ਨ ਦਾ ਜਿਹੜਾ ਹੁੰਦਾ ਹੈ ਕਿ ਹਾਂ ਲਾਈਟਸ ਲਾ ਕੇ ਫਿਰ ਕਾਊਂਟਡਾਊਨ ਕਰਦੇ ਲੋਕੀ, ਉਹ ਸਾਰਾ ਬਹੁਤ ਹੀ ਰਸ਼ ਵਾਲਾ ਮਾਹੌਲ ਹੁੰਦਾ ਹੈ ਤੇ ਆ ਪੂਰਾ ਏਰੀਆ ਜਿੱਥੇ ਆਪਾਂ ਹੁਣ ਵੀ ਖੜੇ ਆ ਲੋਕੀ ਉਹ ਕਾਊਂਟਡਾਊਨ ਕਰਕੇ ਫਿਰ ਲਾਈਟ ਜਗਾਉਂਦੇ ਆ ਜੀ। ਜੀ ਬਿਲਕੁਲ। ਸੋ ਕ੍ਰਿਸਮਸ ਦੇ ਲਈ ਮਿਊਨਿਸਪੈਲਿਟੀ ਜਿਹੜੀ ਹੈ, ਜਿਹੜੀ ਸਾਡੀ ਸਿਟੀ ਹੈ, ਉਹ ਫਿਰ ਟ੍ਰੀ ਲਾਈਟਨਿੰਗ ਆਪ ਸੈਰੇਮਨੀ ਕਰਦੀ ਹੈ ਜੋ ਕਿ ਇੱਥੇ ਕੀਤਾ ਜਾਂਦਾ। ਸੋ ਇਹ ਜੀ ਟ੍ਰੀ ਲਾਈਟਨਿੰਗ ਜਦੋਂ ਕੀਤੀ ਹੈ, ਸੋ ਇਹ ਅੱਜ ਹਿਊਜ ਕ੍ਰਿਸਮਸ ਟ੍ਰੀ ਜਿਹੜਾ ਕਿ ਵੈਨਕੂਵਰ ਆਰਟ ਗੈਲਰੀ ਦੇ ਸਾਹਮਣੇ ਲੱਗਦਾ, ਤੇ ਇੱਥੇ ਬਹੁਤ ਸਾਰੇ ਲੋਕ ਆ ਕੇ ਪਿਕਚਰਸ ਖਿਚਵਾਉਂਦੇ ਆ। ਤੁਸੀਂ ਸਾਹਮਣੇ ਦੇਖ ਸਕਦੇ ਆ ਬਹੁਤ ਸਾਰੇ ਲੋਕ ਵੀਡੀਓਜ਼ ਬਣਾ ਰਹੇ ਨੇ, ਪਿਕਚਰਸ ਖਿੱਚ ਰਹੇ ਨੇ ਤੇ ਖੂਬਸੂਰਤੀ ਨੂੰ ਨਿਹਾਰ ਰਹੇ ਨੇ, ਤੇ ਪਿੱਛੇ ਵੱਡੀਆਂ ਵੱਡੀਆਂ ਬਿਲਡਿੰਗਸ ਦੇ ਵਿਚਕਾਰ ਛੋਟੇ ਤੇ ਇੱਕ ਬਹੁਤ ਬਹੁਤ ਵੱਡਾ ਕ੍ਰਿਸਮਸ ਟ੍ਰੀ, ਜਾਇੰਟ ਕ੍ਰਿਸਮਸ ਟ੍ਰੀ ਮੈਂ ਕਹਿ ਸਕਦੀ ਹਾਂ, ਇਹ ਲੱਗਿਆ ਹੋਇਆ ਸਿਰਫ ਇੱਕ ਜਗ੍ਹਾ ਦੇ ਉੱਤੇ ਨਹੀਂ, ਵੈਨਕੂਵਰ ਦੇ ਵਿੱਚ ਕਈ ਜਗ੍ਹਾ ਦੇ ਉੱਤੇ ਜਾ ਕੇ ਤੁਸੀਂ ਐਕਸਪਲੋਰ ਕਰ ਸਕਦੇ ਆ, ਜਿੱਥੇ ਕਿ ਇਸ ਤਰ੍ਹਾਂ ਦੇ ਕ੍ਰਿਸਮਸ ਟ੍ਰੀ ਤੁਹਾਨੂੰ ਕਈ ਜਗ੍ਹਾ ਤੇ ਮਿਲ ਜਾਣਗੇ। ਏਅਰਪੋਰਟ ਦੇ ਕੋਲ ਮਿਲ ਜਾਣਗੇ, ਮੈਕਆਰਥਰ ਗ੍ਰੈਂਡ ਮਿਲ ਜੂਗਾ ਤੁਹਾਨੂੰ, ਹਰ ਮਾਲ ਦੇ ਵਿੱਚ ਮਿਲ ਜੂਗਾ। ਸੋ ਤੁਸੀਂ ਅਲੱਗ ਅਲੱਗ ਜਗ੍ਹਾ ਦੇ ਉੱਤੇ ਜਾ ਕੇ ਐਕਸਪਲੋਰ ਕਰ ਸਕਦੇ ਆ ਕਿ ਕਿੱਥੇ ਕਿੱਥੇ ਟ੍ਰੀ ਹੈਗੇ ਨੇ। ਸਿਟੀ ਦੇ ਵਿੱਚ ਖਾਸ ਕਰਕੇ ਸਿਟੀ ਹਾਲ ਦੇ ਕੋਲ ਜਿਹੜਾ ਟ੍ਰੀ ਲਾਈਟਨਿੰਗ ਸੈਰੇਮਨੀਜ਼ ਹੁੰਦੀਆਂ ਨੇ, ਉਹ ਵੀ ਜਿਹੜੀਆਂ ਕੀਤੀਆਂ ਜਾਂਦੀਆਂ ਨੇ, ਤੇ ਪਿਛਲੇ ਹਫਤੇ ਅਸੀਂ ਤੁਹਾਨੂੰ ਸਰੀ ਦੀ ਲਾਈਟਨਿੰਗ ਸੈਰੇਮਨੀ ਵੀ ਦਿਖਾਈ ਸੀ। ਸੋ ਉਸ ਤਰ੍ਹਾਂ ਦੇ ਨਾਲ ਇੱਥੇ ਵੈਨਕੂਵਰ ਦੇ ਵਿੱਚ ਖਾਸ ਕਰਕੇ ਕ੍ਰਿਸਮਸ ਦੇ ਸੀਜ਼ਨ ਦੇ ਵਿੱਚ ਇਹ ਨਵੰਬਰ ਐਂਡ ਦੇ ਉੱਤੇ ਟ੍ਰੀ ਜਿਹੜਾ ਲੱਗ ਜਾਂਦਾ, ਤੇ ਫਿਰ ਸਾਰਾ ਕ੍ਰਿਸਮਸ ਦਾ ਮਹੀਨਾ ਖਾਸ ਕਰਕੇ ਜਨਵਰੀ ਤੱਕ ਵੀ, ਸੋ ਲਗਭਗ 10-15 ਜਨਵਰੀ ਤੱਕ ਇਹ ਕ੍ਰਿਸਮਸ ਟ੍ਰੀ ਇੱਥੇ ਰਹਿੰਦੇ ਨੇ, ਤੇ ਨਾਲ ਨਾਲ ਹੋਰ ਲਾਈਟਸ, ਹੋਰ ਚੀਜ਼ਾਂ ਜਿਹੜੀਆਂ ਨੇ ਉਹ ਐਡ ਕਰਦੇ ਰਹਿੰਦੇ ਨੇ। ਕ੍ਰਿਸਮਸ ਔਰਨਾਮੈਂਟਸ, ਹੋਰ ਕ੍ਰਿਸਮਸ ਦੀ ਡੈਕੋਰੇਸ਼ਨ, ਲਾਈਟਸ, ਬਹੁਤ ਕੁਝ ਜਿਹੜਾ ਐਡ ਅਪ ਜਿਹੜਾ ਹੌਲੀ ਹੌਲੀ ਕੀਤਾ ਜਾਂਦਾ, ਸੋ ਇਹ ਰਾਤ ਨੂੰ ਖੂਬਸੂਰਤੀ ਨੂੰ ਹੋਰ ਵੀ ਵਧਾ ਦਿੰਦਾ ਜੀ। 4 ਚੰਦ ਲੱਗ ਜਾਂਦੇ ਨੇ ਜਦੋਂ ਇਸ ਤਰ੍ਹਾਂ ਦੇ ਟ੍ਰੀ ਜਿਹੜੇ ਨੇ ਉਹ ਲਿਟ ਹੋ ਜਾਂਦੇ ਨੇ, ਤੇ ਇਹ ਟ੍ਰੀ ਜਿਹੜਾ ਆ ਉਹ ਵੈਨਕੂਵਰ ਆਰਟ ਗੈਲਰੀ ਦੇ ਬਿਲਕੁਲ ਸਾਹਮਣੇ ਹੈਗਾ, ਤੇ ਇਹਨੂੰ ਇੰਜੋਏ ਕੀਤਾ ਜਾ ਸਕਦਾ ਜੀ। ਤੇ ਅਰਜੀ ਆ ਵਨ ਆਫ ਦਾ ਟਾਲੈਸਟ ਟ੍ਰੀ ਹੈਗਾ ਜਿਹੜਾ ਕਿ ਆ ਵੈਨਕੂਵਰ 'ਚ ਜਿਹੜਾ ਇੰਸਟਾਲ ਕੀਤਾ ਜਾਂਦਾ, ਤੇ ਜਿਹੜਾ ਸਰੀ ਵਾਲਾ ਹੈਗਾ ਉਹ ਤਾਂ ਹੈਗਾ ਹੀ ਹੈਗਾ, ਬਟ ਆ ਵੈਨਕੂਵਰ ਦਾ ਵੀ ਜਿਹੜਾ ਹੈਗਾ ਸਭ ਤੋਂ ਟਾਲੈਸਟ ਹੈਗਾ ਜੀ। ਤੇ ਜਿਹੜਾ ਆਪਾਂ ਲਾਸਟ ਗ੍ਰੈਨਵਿਲ ਸਟਰੀਟ ਕੀਤਾ ਸੀਗਾ, ਗ੍ਰੈਨਵਿਲ ਸਟਰੀਟ ਦੇ ਨਾਲ ਹੀ ਆਪਾਂ ਲਾਸਟ ਟਾਈਮ ਵੀ ਆਰਟ ਗੈਲਰੀ ਦਿਖਾਈ ਸੀਗੀ, ਤਾਂ ਉਸ ਏਰੀਆ 'ਚ ਹੀ ਆ ਇੰਸਟਾਲ ਕੀਤਾ ਗਿਆ। ਬਿਲਕੁਲ। ਸੋ ਅਲੱਗ ਅਲੱਗ ਏਰੀਆਜ਼ ਹੈਗੇ ਨੇ ਜਿੱਥੇ ਕ੍ਰਿਸਮਸ ਦੀਆਂ ਡੈਕੋਰੇਸ਼ਨਸ ਬਹੁਤ ਜ਼ਿਆਦਾ ਕੀਤੀਆਂ ਜਾਂਦੀਆਂ ਨੇ। ਈਵਨ ਕਈ ਲੋਕ ਵੀ ਨੇ ਜਿਹੜੇ ਕ੍ਰਿਸਮਸ ਸੀਜ਼ਨ ਦੇ ਦੌਰਾਨ ਕਈ ਤਰ੍ਹਾਂ ਦੀਆਂ ਡੈਕੋਰੇਸ਼ਨਸ ਕਰਦੇ ਨੇ, ਤੇ ਉਹਨਾਂ ਦੇ ਘਰ ਇੰਨੇ ਫੇਮਸ ਹੋ ਜਾਂਦੇ ਨੇ ਕਿ ਲੋਕ ਸਪੈਸ਼ਲ ਉਹਨਾਂ ਦੇ ਘਰਾਂ ਤੱਕ ਜਾਂਦੇ ਨੇ, ਖਾਸ ਕਰਕੇ ਪਿਕਚਰਸ ਖਿਚਵਾਉਣ ਦੇ ਲਈ, ਇਸ ਸਜਾਵਟ ਤੇ ਡੈਕੋਰੇਸ਼ਨ ਦੇਖਣ ਦੇ ਲਈ। ਤੇ ਇਹ ਸਾਰਾ ਕੁਝ ਜਿਹੜਾ ਉਹ ਸਿਟੀ ਦੇ ਦੁਆਰਾ ਕੀਤਾ ਜਾਂਦਾ, ਇੰਨੀ ਵੱਡੀ ਟ੍ਰੀ ਨੂੰ ਇੰਸਟਾਲ ਕਰਨਾ, ਲਗਾਉਣਾ, ਫਿਰ ਉਹਦੀ ਟੇਕ ਕੇਅਰ ਕਰਨਾ, ਉਹ ਸਿਰਫ ਸਿਟੀ ਕਰ ਸਕਦੀ ਹੈ। ਕਈ ਮਹੀਨੇ ਪਹਿਲਾਂ ਇਹਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਨੇ। ਸੋ ਇਸ ਤਰ੍ਹਾਂ ਦੇ ਜਿਹੜੇ ਟ੍ਰੀ ਲੱਗੇ ਹੋਏ ਨੇ ਜਿਹੜੇ ਬੜੇ ਚੰਗੇ ਲੱਗਦੇ ਨੇ, ਤੇ ਖਾਸ ਕਰਕੇ ਫੈਸਟੀਵਲ ਸੀਜ਼ਨ ਦੇ ਵਿੱਚ। ਆ ਮਹੀਨਾ ਜਿਹੜਾ ਕੈਨੇਡੀਅਨਸ ਦੇ ਲਈ ਕਾਫੀ ਫੇਮਸ ਤੇ ਮਹੱਤਵਪੂਰਨ ਇੰਪੋਰਟੈਂਸ ਰੱਖਣ ਵਾਲਾ ਮਹੀਨਾ ਹੁੰਦਾ, ਤੇ ਇਸ ਮਹੀਨੇ ਦੇ ਵਿੱਚ ਛੁੱਟੀਆਂ ਦੇ ਨਾਲ ਨਾਲ ਕ੍ਰਿਸਮਸ ਫੈਸਟੀਵਲ ਮਨਾਏ ਜਾਂਦੇ ਨੇ, ਪਾਰਟੀਜ਼ ਕੀਤੀਆਂ ਜਾਂਦੀਆਂ ਨੇ, ਤੇ ਇਸ ਤਰ੍ਹਾਂ ਦੇ ਨਾਲ ਘੁੰਮਿਆ ਫਿਰਿਆ ਜਾਂਦਾ। ਤੇ ਜਦੋਂ ਰਾਤ ਨੂੰ ਤੁਸੀਂ ਆਉਂਦੇ ਆ, ਤੇ ਸੜਕਾਂ ਦੇ ਉੱਤੇ ਤਾਂ ਜਿਹੜੀ ਆ ਉਹ ਤਾਂ ਉੱਥੇ ਕੀਤਾ ਹੀ ਹੁੰਦਾ, ਡੈਕੋਰੇਸ਼ਨ ਕੀਤੀ ਹੁੰਦੀ ਹੈ, ਲਾਈਟਨਿੰਗ ਹੁੰਦੀ ਹੋਈ ਹੈ, ਪਰ ਇਹ ਹੈ ਕਿ ਨਾਲ ਨਾਲ ਜਿਹੜੀ ਐਕਸਟਰਾ ਜਿਹੜੀ ਸਜਾਵਟ ਕੀਤੀ ਜਾਂਦੀ ਆ ਉਹ ਹੋਰ 4 ਚੰਦ ਲਗਾ ਦਿੰਦੀ ਆ। ਤੇ ਜਦੋਂ ਤੁਸੀਂ ਅੱਗੇ ਵਾਲੇ ਪਾਸੇ ਜਾਓ ਇਹਦੀ ਬੈਕ ਸਾਈਡ ਦੇ ਉੱਤੇ ਬਿਲਡਿੰਗ ਦੇ ਉੱਤੇ ਜਿੱਥੇ ਪ੍ਰੋਟੈਸਟ ਵਗੈਰਾ ਹੁੰਦੇ ਆ, ਉੱਥੇ ਵੀ ਮੈਂ ਕਹਿ ਸਕਦੀ ਹਾਂ ਕਿ ਕਾਫੀ ਲਾਈਟਾਂ ਕਰਨ ਲੱਗੀਆਂ ਹੁੰਦੀਆਂ ਨੇ, ਤੇ ਕਾਫੀ ਮਤਲਬ ਕਹਿ ਸਕਦੇ ਚਾਨਣੀ ਟਾਈਪਸ ਲਾਈਟਸ ਲੱਗੀਆਂ ਹੁੰਦੀਆਂ ਨੇ, ਤੇ ਰਾਤ ਨੂੰ ਉੱਥੇ ਵੀ ਮਾਹੌਲ ਦੇਖਣ ਵਾਲਾ ਹੁੰਦਾ। ਤੇ ਜਿਹੜੇ ਆਪਾਂ ਮਾਹੌਲ ਦੀ ਗੱਲ ਕਰ ਰਹੇ ਹਾਂ, ਤੁਸੀਂ ਯਾਦ ਹੋਣਾ ਅਰਜੀ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਲਾਸਟ ਟਾਈਮ ਉਹ ਰੋਬਸਨ ਆਈਸ ਰਿੰਕ ਬੰਦ ਸੀਗੀ, ਹਾਂਜੀ, ਹੁਣ ਉਹ ਖੁੱਲ ਚੁੱਕੀ ਹੈਗੀ ਹੈ, ਜੋ ਕਿ ਮੈਨੂੰ ਲੱਗਦਾ ਅੰਡਰ $10 ਪਰ ਪਰਸਨ ਉਹ ਤੁਹਾਨੂੰ ਆਪਣੇ ਸਕੇਟ ਰੈਂਟਲ ਦੇ ਦਿੰਦੇ ਹੈਗੇ, ਤੇ ਆਪਾਂ ਉਸੇ ਥਾਂ ਤੇ ਜਾਂਦੇ ਆ। ਸੋ ਉਸੇ ਹੀ ਵਨ ਆਫ ਦਾ ਆਪਣੇ ਐਪੀਸੋਡ ਚ ਉਹ ਸੈਕੰਡ ਪਾਰਟ ਵੀ ਦੱਸ ਸਕਦੇ ਆ, ਆਪਾਂ ਸੈਕੰਡ ਲੋਕੇਸ਼ਨ ਹੈ ਜਿੱਥੇ ਕ੍ਰਿਸਮਸ ਟ੍ਰੀ ਕੀਤਾ ਜਾਂਦਾ ਇੰਸਟਾਲ, ਪਰ ਆਪਾਂ ਹੁਣੇ ਜਾ ਕੇ ਚੈੱਕ ਆਊਟ ਕਰਦੇ ਆ ਕਿ ਉੱਥੇ ਟ੍ਰੀ ਹੈ ਕਿ ਨਹੀਂ। ਬਿਲਕੁਲ ਜੀ, ਆਓ ਪਹੁੰਚਦੇ ਆ ਤੇ ਦੇਖਦੇ ਆ ਕਿ ਰੋਬਸਨ ਆਈਸ ਰਿੰਕ ਤੇ ਰੋਬਸਨ ਆਈਸ ਰਿੰਕ ਦੇ ਕੋਲ ਟ੍ਰੀ ਹੈ ਜਾਂ ਨਹੀਂ, ਕਿਉਂਕਿ ਉੱਥੇ ਸਮ ਟਾਈਮਸ ਇੰਸਟਾਲ ਹੁੰਦਾ, ਸਮ ਟਾਈਮਸ ਨਹੀਂ ਹੁੰਦਾ। ਸੋ ਆਓ ਦੇਖਦੇ ਆ ਜੀ ਕੀ ਕੁਝ ਆ ਜੀ ਜੀ।
ਬਿਲਕੁਲ ਜੀ, ਸੋ ਆ ਸਟੈਚੂ ਤੁਹਾਨੂੰ ਯਾਦ ਹੋਣਾ, ਵਨ ਆਫ ਦਾ ਐਪੀਸੋਡ ਤੁਸੀਂ ਸਾਡਾ ਦੇਖਿਆ ਸੀ ਜਿਹੜਾ ਅਸੀਂ ਇੱਥੇ ਸ਼ੂਟ ਕੀਤਾ ਹੋਇਆ ਸੀਗਾ। ਸੋ ਇਹ ਏਰੀਆ ਆਪਾਂ ਪੂਰਾ ਘੁੰਮੇ ਸੀਗੇ, ਵੈਨਕੂਵਰ ਆਰਟ ਗੈਲਰੀ ਵਾਲਾ ਏਰੀਆ। ਸੋ ਇਸ ਏਰੀਏ ਦੇ ਵਿੱਚ ਇਹ ਆਈਸ ਰਿੰਕ ਹੈ ਤੇ ਆਈਸ ਰਿੰਕ ਦੇ ਨੇੜੇ ਵੀ ਇੱਕ ਬਹੁਤ ਵੱਡਾ ਟ੍ਰੀ ਜਿਹੜਾ ਉਹਨਾਂ ਨੇ ਇੰਸਟਾਲ ਕੀਤਾ ਹੋਇਆ ਤੇ ਹੁਣ ਇਹ ਓਪਨ ਹੋ ਗਿਆ ਜੀ। ਸੋ ਬੱਚਿਆਂ ਲਈ ਓਪਨ ਹੋ ਗਿਆ, ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਬੱਚੇ ਆਏ ਹੋਏ ਨੇ, ਸਕੂਲਸ ਦੇ ਨਾਲ ਆਏ ਹੋਏ ਨੇ ਜਾਂ ਆਪਣੇ ਪੇਰੈਂਟਸ ਦੇ ਨਾਲ ਆਏ ਹੋਏ ਨੇ, ਵੱਡੇ ਆਏ ਹੋਏ ਨੇ ਤੇ ਹੁਣ ਟ੍ਰੀ ਜਿਹੜੀ ਆਈਸ ਆ ਉਹਨੂੰ ਕਲੀਨ ਕਰਨ ਦਾ ਕੰਮ ਜਿਹੜਾ ਚੱਲ ਰਿਹਾ। ਸੋ ਟਾਈਮ ਟੂ ਟਾਈਮ ਇੱਥੇ ਕਲੀਨ ਜਿਹੜਾ ਉਹ ਕੀਤਾ ਜਾਂਦਾ ਆਈਸ ਨੂੰ। ਸੋ ਇਹ ਹੈ ਜੀ ਇੱਕ ਵੱਡਾ ਟ੍ਰੀ, ਹਿਊਜ ਟ੍ਰੀ ਜਿਹੜਾ ਇੰਸਟਾਲ ਕੀਤਾ ਗਿਆ। ਸੋ ਇਹ ਟ੍ਰੀ ਨਕਲੀ ਹੈ, ਬਸ ਦੇਖ ਰਹੀ ਸੀ ਕਿ ਅਸਲੀ ਹੈ ਜਾਂ ਨਕਲੀ ਹੈ। ਸੋ ਕਈ ਵਾਰੀ ਅਸਲੀ ਟ੍ਰੀ ਵੀ ਤੁਹਾਨੂੰ ਮਿਲ ਜਾਂਦੇ ਆ ਕਰਨ, ਕਈ ਲੋਕ ਜਿਹੜੇ ਆ ਉਹ ਵਧੀਆ ਸ਼ਗੂ ਮੰਨਦੇ ਆ ਜੇ ਉਹ ਅਸਲੀ ਟ੍ਰੀ ਜਿਹੜਾ ਇੰਸਟਾਲ ਕਰਨ। ਸੋ ਉਹ ਅਸਲੀ ਟ੍ਰੀ ਲਿਆ ਕੇ ਵੀ ਇੰਸਟਾਲ ਕਰਦੇ ਆ, ਅਦਰਵਾਈਜ਼ ਅਸੀਂ ਜਿਹੜੇ ਟ੍ਰੀ ਹੁੰਦੇ ਨੇ ਉਹਨਾਂ ਨੂੰ ਪੈਕ ਕਰਕੇ ਰੱਖ ਦੇਈਦਾ ਗਰਾਜ ਦੇ ਵਿੱਚ ਤੇ ਫਿਰ ਦਸੰਬਰ ਵਾਲੇ ਮੰਥ ਜਿਹੜਾ ਕੱਢ ਕੇ ਲੋਕ ਲਾ ਲੈਂਦੇ ਆ, ਕਈ ਤਾਂ ਨਵੰਬਰ ਦੇ ਮਹੀਨੇ ਹੀ ਸੈਟਅਪ ਕਰ ਲੈਂਦੇ ਆ। ਸੋ ਇਹ ਇਸ ਤਰ੍ਹਾਂ ਦੇ ਟ੍ਰੀ ਆ। ਸੋ ਇਹ ਆਈਸ ਰਿੰਕ ਓਪਨ ਹੋ ਗਿਆ ਜੀ ਤੇ ਇਹਦੇ ਨਾਲ ਨਾਲ ਇੱਕ ਨਹੀਂ ਕਾਫੀ ਛੋਟੇ ਛੋਟੇ ਟ੍ਰੀ ਜਿਹੜੇ ਆ ਇੰਸਟਾਲ ਕੀਤੇ ਹੋਏ ਨੇ। ਸੋ ਪੂਰੀਆਂ ਕ੍ਰਿਸਮਸ ਵਾਈਬਸ ਆ ਰਹੀਆਂ ਜੀ। ਬਿਲਕੁਲ, ਹਾਂ, ਕਿਉਂਕਿ ਮੈਨੂੰ ਲੱਗਦਾ ਰਾਤ ਤੱਕ ਇਹ ਓਪਨ ਹੋ ਜਾਂਦਾ ਪ੍ਰੋਪਰ ਤੇ ਹੁਣ ਜਿਹੜਾ ਸਕੇਟ ਰੈਂਟਲ ਵੈਸੇ ਵੀ ਖੁੱਲਿਆ ਹੀ ਹੋਇਆ ਇਹਨਾਂ ਦਾ ਜੀ, ਤੇ ਇਹ ਆਪਾਂ ਥੋੜਾ ਜਿਹਾ ਦਿਖਾ ਦਿੰਨੇ ਇਧਰ ਕਿ ਹਾਂ ਜਿਹੜੀ ਆ ਕਲੀਨਿੰਗ ਪ੍ਰੋਸੈਸ ਚੱਲਦਾ ਇਹਨਾਂ ਦੇ ਆਈਸ ਰਿੰਕ ਦਾ। ਬਿਲਕੁਲ, ਇੱਕ ਮਿੰਟ, ਉਹ ਬੰਦਾ ਦੇਖੋ ਸਾਹਮਣੇ ਆਪਣਾ ਉਹ ਵੀ ਲੈ ਕੇ ਖੜਾ ਹੋਇਆ ਜਿਹੜਾ ਸਨੋ, ਮੈਨੂੰ ਲੱਗਦਾ ਇਹ ਲੋਕ ਰੱਖਦੇ ਨੇ। ਹਾਂਜੀ, ਸੋ ਇਹ ਹੈ ਕਿ ਇਹ ਪਹਿਲਾਂ ਕਲੀਨ ਹੋ ਰਿਹਾ ਤੇ ਫਿਰ ਇਹਦੇ ਉੱਤੇ ਆਈਸ ਜਿਹੜੀ ਆ ਉਹਦੀ ਪਰਤ ਵਿਛਾਈ ਜਾਊਗੀ ਤੇ ਫਿਰ ਜਿਹੜੇ ਲੋਕ ਨੇ ਉਹ ਇੱਥੇ ਸਕੇਟ ਜਿਹੜਾ ਉਹ ਕਰ ਸਕਦੇ ਨੇ। ਹਾਂਜੀ ਹਾਂ, ਬਟ ਇਹ ਵੀ ਅਸੀਂ ਆਪਾਂ ਮੈਂ ਦੇਖਿਆ ਇੱਕ ਟਾਈਪ ਦੀ ਅਜੀ ਆਪਣੀ ਹੀ ਟਾਈਪ ਦੀ ਐਨਜੋਏ ਕਰਨ ਵਾਲੀ ਐਕਟੀਵਿਟੀ ਹੈ। ਬਿਲਕੁਲ, ਬੱਚੇ ਜਿਨ੍ਹਾਂ ਦੇ ਲਈ ਆਪਰਚੁਨਿਟੀਜ਼ ਹੁੰਦੀਆਂ ਨੇ ਸੀਗੀਆਂ ਉਹ ਦੇਖੋ ਕਿ ਬੱਚੇ ਬੜੇ ਖੁਸ਼ ਹੋ ਰਹੇ ਨੇ ਦੇਖ ਕੇ ਤੇ ਨਾਲ ਨਾਲ ਸੀਜ਼ਨ ਵਾਈਜ਼ ਹੈ ਤੇ ਸੀਜ਼ਨ ਦੇ ਵਿੱਚ ਤੁਸੀਂ ਦੇਖੋ ਕਿ ਫਿਰ ਠੰਡ ਵੀ ਕੁਛ ਨਹੀਂ ਕਹਿੰਦੀ। ਕਈ ਬੱਚੇ ਤੁਸੀਂ ਦੇਖੋ ਬਿਨਾਂ ਜੈਕਟਸ ਤੋਂ ਤੁਹਾਨੂੰ ਨਜ਼ਰ ਆ ਰਹੇ ਨੇ। ਇਹ ਬੱਚੇ ਆ ਕਿਉਂਕਿ ਬੱਚਿਆਂ ਨੂੰ ਕੋਈ ਠੰਡ ਜਿਹੜੀ ਆ ਮਹਿਸੂਸ ਨਹੀਂ ਹੁੰਦੀ ਹੁੰਦੀ, ਜੋਸ਼ ਇੰਨਾ ਹੁੰਦਾ ਉਹਨਾਂ ਦੇ ਵਿੱਚ, ਐਨਰਜੀ ਇੰਨੀ ਹੁੰਦੀ ਆ ਤੇ ਖਾਸ ਕਰਕੇ ਇਹ ਬੱਚਿਆਂ ਦੇ ਲਈ ਸੀਜ਼ਨ ਬੜਾ ਮਹੱਤਵਪੂਰਨ ਹੁੰਦਾ। ਸੋ ਬੱਚੇ ਇਸ ਸੀਜ਼ਨ ਨੂੰ ਬਹੁਤ ਖੂਬ ਇੰਜੋਏ ਕਰਦੇ ਆ। ਬਿਲਕੁਲ, ਮੈਂ ਵੀ ਬਹੁਤ ਇੰਜੋਏ ਕਰ ਰਿਹਾ ਸੀਗਾ ਇਹ ਸੀਜ਼ਨ ਲਾਸਟ ਵੀਕ ਤੋਂ, ਮੇਰੇ ਚ ਵੀ ਬਹੁਤ ਵੱਡੇ ਡਿਫਰੈਂਟ ਤਰੀਕੇ ਨਾਲ ਇੰਜੋਏ ਕਰਦੇ ਆ। ਉਹ ਫਲੂ ਹੋ ਗਿਆ ਜੀ, ਸਿਰ ਦੁਖਣ ਲੱਗ ਗਿਆ ਜੀ, ਠੰਡ ਲੱਗ ਗਈ ਜੀ, ਸੋ ਬਿਲਕੁਲ ਉਹ ਤੋਂ ਵੀ ਬਚਾਅ ਜਿਹੜਾ ਰੱਖਣਾ ਚਾਹੀਦਾ ਤੁਹਾਨੂੰ, ਪ੍ਰੋਪਰ ਆਪਣੇ ਕੱਪੜੇ ਪਾਉਣੇ ਚਾਹੀਦੇ ਨੇ, ਪਰ ਬੱਚਿਆਂ ਨੂੰ ਕੌਣ ਸਮਝਾਵੇ ਜੀ। ਸੋ ਕਈ ਵਾਰੀ ਵੱਡਿਆਂ ਨੂੰ ਵੀ ਸਮਝਾਉਣਾ ਪੈਂਦਾ ਵੀ ਕੱਪੜੇ ਪੂਰੇ ਪ੍ਰੋਪਰ ਜਿਹੜੇ ਪਾਏ ਜਾਣ, ਪਰ ਤੁਸੀਂ ਇਹ ਦੇਖ ਸਕਦੇ ਆ ਕਿ ਇੰਜੋਏ ਕੀਤਾ ਜਾ ਰਿਹਾ ਇਸ ਚੀਜ਼ ਨੂੰ, ਖੂਬ ਇੰਜੋਏ ਕੀਤਾ ਜਾ ਰਿਹਾ ਤੇ ਨਾਲ ਨਾਲ ਉੱਤੇ ਵੀ ਪੂਰੀਆਂ ਲੜੀਆਂ ਵਗੈਰਾ ਲਾਈਟਸ ਵਗੈਰਾ ਲਾਈਆਂ ਹੋਈਆਂ ਨੇ। ਰਾਤ ਨੂੰ ਡਿਫਰੈਂਟ ਹੀ ਨਜ਼ਾਰਾ ਹੈ ਵੈਸੇ, ਆ ਜਿਹੜਾ ਪਿੱਛੇ ਲੜੀਆਂ ਲਾਈਆਂ ਨਾ ਅਸੀਂ, ਹਾਂਜੀ, ਤੇ ਇੱਕ ਲੜੀਆਂ ਦੇ ਨਾਲ ਨਾਲ ਮੈਂ ਹੁਣੇ ਉਹੀ ਚੀਜ਼ ਨੋਟਿਸ ਕਰ ਰਿਹਾ ਸੀਗਾ ਕਿ ਆਪਾਂ ਸਿੰਸ ਵੈਨਕੂਵਰ ਆਇਆ ਇਹ ਫੌਗ ਦਾ ਸੀਜ਼ਨ ਬੜਾ ਅੱਛਾ ਸਟਾਰਟ ਹੋਇਆ। ਮੈਂ ਲਾ ਉਹ ਪਿੱਛੇ ਬਿਲਡਿੰਗ ਤੁਹਾਡੇ ਦੇਖਦਾ ਸੀਗਾ, ਹਾਂਜੀ, ਕਿੰਨਾ ਅੱਛਾ ਲੱਗਦਾ ਸੀਗਾ। ਬਿਲਕੁਲ ਜੀ, ਸੋ ਫੌਗ ਬਹੁਤ ਘੱਟ ਹੁੰਦੀ ਸੀ ਪਹਿਲਾਂ ਵੈਨਕੂਵਰ 'ਚ, ਦੱਸ ਦਈਏ ਤੁਹਾਨੂੰ ਦੇਖਣ ਨੂੰ ਮਿਲਦੀ ਹੋਈ ਨਹੀਂ ਸੀ, ਮੀਂਹ ਪੈਂਦਾ ਸੀ ਕਿਉਂਕਿ ਰੇਨਕੂਵਰ ਨੂੰ ਬਹੁਤ ਸਾਰੇ ਲੋਕ ਰੇਨਕੂਵਰ ਕਹਿੰਦੇ ਆ ਵੈਨਕੂਵਰ ਨੂੰ, ਸੋ ਰੇਨਕੂਵਰ ਕਹਿੰਦੇ ਸੀ ਜਾਂ ਸਨੋ ਹੁੰਦੀ ਸੀ। ਆ ਧੁੰਦ ਨਵੀਂ ਆਉਣ ਲੱਗ ਗਈ, ਮੈਨੂੰ ਲੱਗਦਾ ਸੀ ਪੰਜਾਬ ਤੋਂ ਲੈ ਆਏ ਆ, ਧੁੰਦ ਦਾ ਸੀਜ਼ਨ ਆ। ਸੋ ਡਰਾਈਵ ਸੇਫਟੀ ਦੀ ਕਰੋ ਤੁਸੀਂ, ਪਰ ਅੱਛਾ ਲੱਗਦਾ ਬਾਹਰੋਂ ਜਦੋਂ ਅਸੀਂ ਘੁੰਮਣ ਆਏ ਹੁੰਨੇ ਆ। ਸੋ ਜਿਹੜਾ ਵੀ ਕੁਝ ਕਰੋ ਪ੍ਰੀਕਾਸ਼ਨਸ ਦੇ ਨਾਲ ਕਰੋ ਜੀ। ਜੀ ਅਰਸੀ, ਇਧਰੋਂ ਆਪਾਂ ਹੁਣ ਚੱਲਦੇ ਆ ਇਧਰਲਾ ਏਰੀਆ ਵੀ ਆਪਾਂ ਇੱਕ ਦਿਖਾ ਦਿੰਨੇ, ਕਿਉਂਕਿ ਇਹ ਰੋਬਸਨ ਇੰਕ ਤਾਂ ਜਿਹੜਾ ਹੈਗਾ ਹੀ ਹੈਗਾ, ਪਰ ਆਪਾਂ ਇੱਕ ਇਧਰ ਦੀ ਵੀ ਚਹਿਲ ਪਹਿਲ ਦਿਖਾ ਦਿੰਨੇ ਕਿ ਇੱਕ ਰਾਤ ਨੂੰ ਨਾ, ਹਾਂਜੀ, ਇਸ ਏਰੀਆ 'ਚ ਆ ਕੇ ਜਿਵੇਂ ਕਈ ਫੈਮਿਲੀਜ਼ ਆਉਂਦੀ ਹੈਗੀਆਂ ਤਾਂ ਫੂਡ ਟਰੱਕਸ ਬਹੁਤ ਲੱਗੇ ਹੁੰਦੇ। ਹਾਂਜੀ, ਫੂਡ ਟਰੱਕਸ ਦੇ ਨਾਲ ਨਾਲ ਇੱਥੇ ਉਹੀ ਸੇਮ ਆਪਣੀ ਗ੍ਰੈਂਡਵਿਲ ਵਾਲੀ ਵਾਈਬਸ ਹੈਗੀਆਂ। ਇੱਥੇ ਆਰਟਿਸਟ ਹੁੰਦੇ ਆ ਜੀ, ਬੈਂਡ, ਕਈਆਂ ਦਾ ਬੈਂਡ ਹੁੰਦਾ ਜਾਂ ਕੋਈ ਆਪਣਾ ਆਰਟ ਕਰ ਰਿਹਾ ਹੁੰਦਾ, ਤਾਂ ਆਪਾਂ ਹੁਣੇ ਵੀ ਦੇਖ ਸਕਦੇ ਫੂਡ ਕਲਚਰ ਜਿਹੜਾ ਉਹ ਇੱਥੇ ਫੂਡ ਟਰੱਕਸ ਆ ਕੇ ਲੋਕੀ ਰੱਖ ਕੇ ਰੱਖਦੇ ਹੈਗੇ ਜੀ। ਸੋ ਫੂਡ ਮਸਟ ਹੈ ਜੀ, ਖਾਸ ਕਰਕੇ ਜਦੋਂ ਇਸ ਤਰ੍ਹਾਂ ਦਾ ਠੰਡ ਦਾ ਮੌਸਮ ਹੋਵੇ ਤੇ ਇਸ ਮੌਸਮ ਦੇ ਵਿੱਚ ਫੂਡ ਟਰੱਕਸ ਹੁੰਦੇ ਨੇ ਤੇ ਫਿਰ ਤੁਹਾਨੂੰ ਪਤਾ ਹੈ ਕਿ ਭੁੱਖ ਮੱਲੋ ਮੱਲੀ ਲੱਗ ਆਉਂਦੀ ਆ। ਆਪਾਂ ਪੰਜਾਬ 'ਚ ਕਹਿੰਦੇ ਹੁੰਦੇ ਸੀ ਨਾ ਕਿ ਠੰਡ 'ਚ ਪਰੌਂਠੇ ਬਹੁਤ ਖਾਧੇ ਜਾਂਦੇ, ਬਿਲਕੁਲ ਉਵੇਂ ਖਾਣਾ ਪੀਣਾ ਜਿਹੜਾ ਉਹਦੇ ਤੇ ਕੋਈ ਕੰਟਰੋਲ ਨਹੀਂ ਹੁੰਦਾ, ਖਾਸ ਕਰਕੇ ਇਸ ਮੰਥ। ਤਾਂ ਤਾਂ ਜਨਵਰੀ ਦੇ ਵਿੱਚ ਲੋਕ ਆਪਣਾ ਜਿਹੜਾ ਉਹ ਕਹਿੰਦੇ ਆ ਕਿ ਅਸੀਂ ਜਨਵਰੀ ਦੇ ਵਿੱਚ ਜਿਹੜਾ ਉਹ ਘੱਟ ਖਾਵਾਂਗੇ, ਅਸੀਂ ਇਹ ਕਰਾਂਗੇ, ਐਕਸਰਸਾਈਜ਼ ਕਰਾਂਗੇ, ਕਿਉਂਕਿ ਦਸੰਬਰ 'ਚ ਬਹੁਤ ਕੁਝ ਖਾ ਲਿਆ ਹੁੰਦਾ। ਸੋ ਇਹ ਕੁਝ ਕਰ ਰਹੇ ਆ ਜੀ, ਮੈਨੂੰ ਵੀ ਨਹੀਂ ਪਤਾ ਕੀ ਕਰ ਰਹੇ ਆ।
ਮੈਨੂੰ ਲੱਗਦਾ ਕੋਈ ਐਕਸਰਸਾਈਜ਼ ਇਹਨਾਂ ਦੀ ਏਸ਼ੀਅਨਸ ਦੀ। ਯੈਸ, ਸੋ ਇੰਟਰੋਡਕਸ਼ਨ ਟੂ ਲਾਈਟਸ, ਦੇਖੋ ਕਿੰਨੀ ਅੱਛੀ ਪਾਵਲਮ ਜਾਫਾ। ਹਾਂਜੀ, ਸੋ ਇਹ ਇੱਕ ਤਰ੍ਹਾਂ ਦੀ ਮੈਡੀਟੇਸ਼ਨ ਹੈ ਜਿਹੜੀ ਇਹਨਾਂ ਦੇ ਦੁਆਰਾ ਕੀਤੀ ਜਾ ਰਹੀ ਹੈ ਜੀ। ਬਿਲਕੁਲ, ਇਹ ਇੱਕ ਏਰੀਆ ਜਿਹੜਾ ਫੇਮਸ ਹੈਗਾ ਜੀ ਫੋਰ ਦ ਫੂਡ ਟਰੱਕਸ ਐਂਡ ਫੋਰ ਦੀਸ ਕਾਈਂਡ ਆਫ ਗਰੁੱਪਸ ਜਿਹੜੇ ਇੱਥੇ ਆ ਕੇ ਪਰਫਾਰਮ ਕਰਦੇ ਆ ਤੇ ਲੋਕਾਂ ਨੂੰ ਅਵੇਅਰ ਕਰਦੇ ਆ ਜੀ। ਜੀ ਤੇ ਮੈਂ, ਹਾਂਜੀ ਅਰਜੀ, ਤੇ ਇਹਦੇ ਨਾਲ ਆਪਾਂ ਇੱਕ ਇਧਰਲੇ ਏਰੀਆ ਵਿੱਚ ਜਾ ਕੇ ਦਿਖਾ ਦਿੰਦੇ ਹਾਂ। ਹਾਂਜੀ, ਕਿਉਂ ਜਿਹੜੀ ਉਹ ਪਿੱਛੇ ਤੁਸੀਂ ਦੇਖ ਰਹੇ ਹੋ ਸਮਾਲ ਲਾਈਟਸ ਲੱਗੀਆਂ ਹੋਈਆਂ। ਹਾਂਜੀ, ਤੇ ਪਹਿਲੇ ਉੱਥੇ ਨਾ ਉਹ ਫਾਊਂਟੇਨ ਚੱਲਦਾ ਹੁੰਦਾ ਸੀਗਾ, ਹੁਣ ਮੈਨੂੰ ਲੱਗਦਾ ਬੰਦ ਹੋ ਗਿਆ, ਕਾਫੀ ਟਾਈਮ ਹੋ ਗਿਆ। ਬਟ ਇਹ ਰਾਤ ਨੂੰ ਆਹ ਜਿਹੜਾ ਸਾਰਾ ਏਰੀਆ ਹੁਣ ਆਪਾਂ ਦਿਖਾ ਰਹੇ ਹੈਗੇ, ਹਾਂਜੀ, ਇਹ ਰਾਤ ਨੂੰ ਇੰਨਾ ਜਗਮਗ ਹੋ ਜਾਂਦਾ ਨਾ, ਕਿਉਂਕਿ ਮੈਂ ਵੀ ਫੋਟੋ ਕਲਿੱਕ ਕੀਤੀ ਹੋਈ ਹੈ, ਆ ਪੂਰੀ ਲਾਈਟਸ ਜਗਦੀ ਹੈਗੀ ਆ, ਆ ਪੂਰੀ ਬਿਲਡਿੰਗਸ ਦੀ, ਤੇ ਪਲੱਸ ਆ ਜਿਹੜੀ ਕਲਰਫੁਲ ਜਗ ਰਹੀ ਹੈ। ਹਾਂਜੀ, ਬਹੁਤ ਸੋਹਣਾ ਲੱਗਦਾ। ਬਿਲਕੁਲ ਜੀ, ਬੜਾ ਵਧੀਆ ਵਿਊ ਹੁੰਦਾ ਇੱਥੇ, ਤੇ ਬਹੁਤ ਸਾਰੇ ਲੋਕ ਚੰਗੇ ਜਿਹੜੇ ਗੇੜ ਪਾ ਕੇ ਆਪਣੇ ਆਉਂਦੇ ਨੇ, ਜਿਹੜੇ ਨੇ ਉਹ ਕੱਪੜੇ ਵਗੈਰਾ ਪਾ ਕੇ ਪੂਰੇ ਠੰਡ ਵਾਲੇ ਟੂਕ ਵਗੈਰਾ ਲੈ ਕੇ ਤੇ ਫਿਰ ਸਨੋਅ ਸ਼ੂ ਪਾ ਕੇ ਜਾਂ ਰੇਨ ਬੂਟ ਪਾ ਕੇ ਇੱਥੇ ਆਉਂਦੇ ਨੇ ਤੇ ਆ ਕੇ ਇਹ ਡਾਊਨ ਟਾਊਨ ਦੇ ਨਜ਼ਾਰੇ ਲੈਂਦੇ ਨੇ, ਕਿਉਂਕਿ ਅਸੀਂ ਜਦੋਂ ਵੀ ਡਾਊਨ ਟਾਊਨ ਦੇ ਵਿੱਚ ਆਉਂਦੇ ਹਾਂ ਕਰਨ, ਹਰ ਵਾਰ ਇੱਕ ਨਵਾਂ ਹੀ ਮੈਜਿਕ ਜਿਹੜਾ ਡਾਊਨ ਟਾਊਨ ਦਾ ਹੁੰਦਾ। ਬਿਲਡਿੰਗਸ ਸੇਮ ਨੇ, ਸੜਕਾਂ ਸੇਮ ਨੇ, ਪਰ ਜਿੰਨੀ ਵਾਰੀ ਆਈਦਾ ਓਨੀ ਟਾਈਮ ਇਸ ਦਾ ਜਿਹੜਾ ਨਜ਼ਾਰਾ ਵੱਖਰਾ ਹੁੰਦਾ। ਇੱਥੇ ਆ ਕੇ ਜਿਹੜਾ ਡਿਫਰੈਂਟ ਤਰ੍ਹਾਂ ਦੀ ਵਾਈਬ ਜਿਹੜੀ ਆ ਨਜ਼ਰ ਆਉਂਦੀ ਆ, ਕਦੇ ਸੀਜ਼ਨਲ ਵਾਈਬ ਆਉਂਦੀ ਆ, ਕਦੇ ਸਮਰ ਵਾਈਬ ਨਜ਼ਰ ਆਉਂਦੀ ਆ, ਤੇ ਅਲੱਗ ਅਲੱਗ ਲੋਕ ਨਜ਼ਰ ਆਉਂਦੇ ਆ, ਅਲੱਗ ਅਲੱਗ ਐਕਟੀਵਿਟੀਜ਼ ਨਜ਼ਰ ਆਉਂਦੀਆਂ ਨੇ, ਤੇ ਮੈਨੂੰ ਲੱਗਦਾ ਕਿ ਜਿੰਨੀ ਵਾਰੀ ਤੁਸੀਂ ਆਉਂਦੇ ਹੋ ਓਨੀ ਵਾਰੀ ਨਹੀਂ ਹੁੰਦੇ, ਇੱਕ ਅਲੱਗ ਹੀ ਤੁਸੀਂ ਦੁਨੀਆ ਦੇ ਵਿੱਚ ਖੋ ਜਾਂਦੇ ਆ ਜਦੋਂ ਡਾਊਨ ਟਾਊਨ 'ਚ ਆਉਂਦੇ, ਕਿਉਂਕਿ ਜਦ ਸੀਜ਼ਨ ਚੇਂਜ ਹੁੰਦਾ ਤਾਂ ਮੈਨੂੰ ਲੱਗਦਾ ਲੋਕਾਂ ਦੀ એનર્ਜੀ ਵੀ ਚੇਂਜ ਹੋ ਜਾਂਦੀ ਹੈ। ਜੀ ਜੀ, ਸੀਜ਼ਨਲ એનર્ਜੀ ਆ ਜਾਂਦੀ ਹੈ ਲੋਕਾਂ ਦੇ, ਹਾਂ ਛੋਟ, ਤੇ ਮੈਨੂੰ ਲੱਗਦਾ ਉਹੀ એનર્ਜੀ ਜਿੰਨੀ ਆਪਾਂ ਨੂੰ ਹੁਣੇ ਦਿਖਦੀ ਹੈ ਓਨੀ ਹੀ ਡਬਲ ਰਾਤ ਨੂੰ ਦਿਖਦੀ ਹੈ ਸਾਨੂੰ। ਜੀ ਜੀ, ਤੇ ਆਪਾਂ ਹੁਣ ਅਰਜੀ ਨੈਕਸਟ ਸਟਾਪ। ਬਿਲਕੁਲ ਜੀ, ਸੋ ਵੈਨਕੂਵਰ ਆਰਟ ਗੈਲਰੀ ਘੁੰਮ ਗਏ ਹਾਂ, ਘੁੰਮ ਲਈ ਆ ਅਸੀਂ, ਇੱਥੇ ਤੋਂ ਇੱਕ ਪ੍ਰੋਟੈਸਟ ਵੀ ਹੋ ਕੇ ਹਟਿਆ ਜੀ ਹੁਣੇ। ਸੋ ਇਹ ਹੈ ਕਿ ਵੈਨਕੂਵਰ ਸ਼ੂ ਮੈਮੋਰੀਅਲ ਦੇ ਵੱਲੋਂ ਪ੍ਰੋਟੈਸਟ ਵੀ ਕੀਤਾ ਗਿਆ, ਤੇ ਇੱਥੇ ਪ੍ਰੋਟੈਸਟ ਦੇ ਲਈ ਵੀ ਇਹ ਪਲੇਸ ਜਿਹੜੀ ਉਹ ਕਾਫੀ ਫੇਮਸ ਹੈਗੀ ਆ, ਤੇ ਨਾਲ ਨਾਲ ਲੋਕਾਂ ਦੇ ਘੁੰਮਣ ਦੇ ਲਈ ਵੀ ਇਹ ਫੇ ਪਲੇਸ ਜਿਹੜੀ ਉਹ ਕਾਫੀ ਫੇਮਸ ਆ। ਸੋ ਰੌਣਕਾਂ ਦੇਖ ਰਹੇ ਆ ਜੀ, ਅਗਲੀਆਂ ਰੌਣਕਾਂ ਕਿੱਥੇ ਲੱਗੀਆਂ ਹੋਈਆਂ ਨੇ, ਲੈ ਚੱਲਦੇ ਆ ਜੀ ਤੁਹਾਨੂੰ ਅਗਲੀ ਪਲੇਸ ਦੇ ਉੱਤੇ। ਜੀ ਬਿਲਕੁਲ ਜੀ, ਅੱਜ ਕ੍ਰਿਸਮਸ ਦੀਆਂ ਰੌਣਕਾਂ ਦੇਖ ਰਹੇ ਹਾਂ, ਤੇ ਸੋਚਿਆ ਕਿ ਥੋੜੇ ਜਿਹੇ ਮਾਲਸ ਜਾਇਆ ਜਾਵੇ, ਕਿਉਂਕਿ ਤੁਹਾਡੇ ਲਾਗਲੇ ਮਾਲ ਦੇ ਵਿੱਚ ਤੁਸੀਂ ਜਾ ਸਕਦੇ ਹੋ, ਚਾਹੇ ਛੋਟਾ ਨੋ ਮੈਟਰ ਵੱਡਾ, ਉਸ ਦੇ ਵਿੱਚ ਇੱਕ ਡੈਕੋਰੇਸ਼ਨ ਲਾਈ ਹੁੰਦੀ ਹੈ ਤੇ ਉਹਦੇ ਨਾਲ ਸੈਂਟਾ ਬੈਠਾ ਹੁੰਦਾ, ਤੁਸੀਂ ਆਪਣੇ ਬੱਚਿਆਂ ਦੇ ਨਾਲ ਪੂਰੀ ਫੈਮਿਲੀ ਦੇ ਨਾਲ ਪਿਕਚਰਸ ਖਿਚਵਾ ਸਕਦੇ ਹਾਂ। ਸੋ ਅੱਜ ਜਿਹੜੀ ਲੋਕੇਸ਼ਨ 'ਤੇ ਪਹੁੰਚੇ ਹੈ ਜੀ ਰਿਚਮੰਡ ਦੇ ਵਿੱਚ, ਰਿਚਮੰਡ ਸੈਂਟਰ ਕਰਕੇ ਜਿਹੜਾ ਇੱਥੇ ਸ਼ਾਪਿੰਗ ਮਾਲ ਆ, ਤੁਸੀਂ ਇੱਥੇ ਆ ਸਕਦੇ ਹਾਂ, ਇੱਥੇ ਆ ਕੇ ਆਪਣੇ ਬੱਚਿਆਂ ਦੇ ਨਾਲ ਪਿਕਚਰ ਖਿਚਵਾ ਸਕਦੇ ਹਾਂ ਜੀ। ਆ ਦੇਖੋ ਸੈਂਟਾ ਦਾ ਘਰ ਬਣਾਇਆ ਹੋਇਆ, ਵਿੱਚ ਰੇਨਡੀਅਰ ਖੜੇ ਹੋਏ ਨੇ, ਕ੍ਰਿਸਮਸ ਟ੍ਰੀ ਜਗ ਰਹੇ ਨੇ। ਸੋ ਇਹ ਪੂਰੀ ਵਾਈਬ ਨਾਰਥ ਪੋਲ ਦੀ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿੱਥੇ ਸੈਂਟਾ ਰਹਿੰਦਾ, ਸੈਂਟੇ ਦਾ ਘਰ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਤੇ ਨਾਲ ਤੁਸੀਂ ਦੇਖੋ ਕਿ ਸੈਂਟਾ ਬੈਠਾ ਜੀ, ਤੇ ਸੈਂਟਾ ਉੱਥੇ ਦੇਖੋ ਛੋਟੇ ਛੋਟੇ ਬੱਚਿਆਂ ਦੇ ਨਾਲ ਫੋਟੋਆਂ ਖਿਚਵਾ ਰਿਹਾ। ਸੋ ਆਈ ਜਸਟ ਲਵ ਦੈਟ ਵਾਈਬ, ਤੇ ਤੁਸੀਂ ਦੇਖੋ ਕਿ ਸੈਂਟਾ ਜਦੋਂ ਹਾਈ ਬੋਲਦਾ ਹੋ 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 ਕਰਦਾ, ਸੋ ਉਹ ਸਾਰੀ ਫੀਲ ਆਉਂਦੀ ਹੈ। ਸੋ ਇਹ ਵਾਲਾ ਸੈਂਟਾ ਥੋੜਾ ਜਿਹਾ ਸਕਿਨੀ ਸੈਂਟਾ, ਪਰ ਇਹ ਸੈਂਟਾ ਜਿਹੜਾ ਰੀਅਲ ਸੈਂਟਾ, ਸੈਂਟਾ ਦਾੜੀ ਜਿਹੜੀ ਆ ਉਹ ਰੀਅਲ ਹੈਗੀ ਆ, ਫੇਕ ਦਾੜੀ ਨਹੀਂ ਲਾਈ। ਕਰਨ ਕਈ ਵਾਰੀ ਹੁੰਦਾ ਕਿ ਫੇਕ ਦਾੜੀ ਲਾ ਕੇ, ਵੱਡੀ ਵੱਡੀ ਦਾੜੀ ਲਾ ਕੇ ਸੈਂਟਾ ਬੈਠਾ ਹੁੰਦਾ, ਪਰ ਕਈ ਹੁੰਦੇ ਆ ਕਿ ਕ੍ਰਿਸਮਸ ਸੀਜ਼ਨ ਕਰਕੇ ਆਪਣੀ ਬੀਅਰਡ ਨੂੰ ਵਧਾਉਂਦੇ ਆ, ਉਹਨੂੰ ਵਾਈਟ ਰੱਖਦੇ ਆ, ਰਿਟਾਇਰਡ ਪਰਸਨ ਹੁੰਦੇ ਆ, ਤੇ ਉਹਨਾਂ ਨੂੰ ਬੱਚਿਆਂ ਦੇ ਨਾਲ ਪਿਆਰ ਹੁੰਦਾ। ਸੋ ਇਸ ਕ੍ਰਿਸਮਸ ਸੀਜ਼ਨ ਸਵੇਰ ਤੋਂ ਲੈ ਕੇ ਸ਼ਾਮ ਤੱਕ ਫਿਰ ਕੰਪਨੀਜ਼ ਹਾਇਰ ਕਰਦੀਆਂ ਉਹਨਾਂ ਨੂੰ, ਤੇ ਫਿਰ ਉਹ ਸੈਂਟਾ ਕਲੌਸ ਬਣ ਕੇ ਬੱਚਿਆਂ ਨਾਲ, ਫੈਮਿਲੀਜ਼ ਦੇ ਨਾਲ ਫੋਟੋਆਂ ਖਿਚਵਾਉਂਦੇ ਆ। ਸੋ ਇਹ ਕੁਛ ਇਸ ਤਰ੍ਹਾਂ ਦੀ ਵਾਈਬ ਹੁੰਦੀ ਹੈ। ਤੁਸੀਂ ਦੇਖੋ ਬੱਚਿਆਂ ਨੂੰ ਟਿਕਾਉਣਾ, ਬੱਚਿਆਂ ਨੂੰ ਟਿਕਾ ਕੇ ਬਿਠਾਉਣਾ, ਫੋਟੋ ਵੱਲ ਕੈਮਰੇ ਵੱਲ ਦਿਖਾਉਣਾ, ਇਹ ਵੀ ਇੱਕ ਟਾਸਕ ਆ, ਉਹਦੇ ਲਈ ਪੂਰਾ ਸਟਾਫ ਕੰਮ ਕਰ ਗਿਆ ਟਾਸਕ ਦੇ ਨਾਲ। ਪਰ ਮੈਨੂੰ ਲੱਗਦਾ ਇੱਕ ਸੈਂਟਰ ਨੂੰ ਵੀ ਐਕਟਰ ਹੋਣਾ ਜ਼ਰੂਰੀ ਹੈ ਜੀ। ਹਾਂਜੀ ਬਿਲਕੁਲ, ਕਿਉਂਕਿ ਉਹ ਜਿਵੇਂ ਤੁਸੀਂ ਕਿਹਾ ਦਾੜੀ ਤਾਂ ਇੱਕ ਹੈਗਾ, ਵਨ ਆਫ ਦਾ ਪਾਰਟ ਹੋ ਹੀ ਗਿਆ। ਹਾਂਜੀ, ਤੇ ਪਰ ਉਹ ਦਾੜੀ ਨਾਲ ਹੀ ਇਕੱਲਾ ਨਹੀਂ ਹੋਣਾ ਨਾ, ਉਹਨਾਂ ਨੂੰ ਉਸ ਟਾਈਪ ਦੇ ਐਕਸਪ੍ਰੈਸ਼ਨਸ, ਉਸ ਟਾਈਪ ਦੀ ਇਮੇਜਿਨੇਸ਼ਨ ਉਹੀ ਬੱਚਿਆਂ ਨੂੰ ਦੇਣੀ ਪੈਣੀ ਹੈ। ਹਾਂ, ਬੱਚਿਆਂ ਨੂੰ ਜੋੜਨਾ, ਬੱਚਿਆਂ ਨੂੰ ਅਟਰੈਕਟ ਕਰਨਾ ਚੀਜ਼ਾਂ ਦੇ ਨਾਲ, ਉਹ ਬਹੁਤ ਜ਼ਰੂਰੀ ਹੈ। ਸੋ ਆਹ ਬੈਠਾ ਜੀ ਸਾਡਾ ਸੈਂਟਾ, ਜਿਹੜਾ ਬੱਚਿਆਂ ਨਾਲ ਫੋਟੋ ਖਿਚਾ ਰਿਹਾ, ਤੇ ਬੱਚਿਆਂ ਨੂੰ ਟ੍ਰੀਟਸ ਵੀ ਦੇ ਰਿਹਾ, ਬੱਚਿਆਂ ਨੂੰ ਛੋਟੀਆਂ ਛੋਟੀਆਂ ਟ੍ਰੀਟਸ, ਕੈਂਡੀਜ਼ ਵੀ ਦਿੱਤੀਆਂ ਜਾ ਰਹੀਆਂ ਨੇ, ਤੇ ਉਹ ਨਿੱਕੇ ਜਿਹੇ ਬੱਚੇ ਨੂੰ ਫੋਟੋ ਖਿਚਵਾਉਣ ਦੀ ਕੋਸ਼ਿਸ਼ ਕੀਤੀ।
ਹਾਂ ਕਈ ਬੱਚੇ ਡਰ ਵੀ ਜਾਂਦੇ ਆ, ਡਰਦੇ ਵੀ ਆ, ਅਜਨਬੀ ਆ, ਨਹੀਂ ਪਤਾ ਸੈਂਟਾ ਕੀ ਆ, ਬੱਚੇ ਛੋਟੇ ਆ, ਇਹ ਤਾਂ ਇੱਕ ਪੇਰੈਂਟਸ ਦਾ ਹੀ ਚਾਹੇ ਕਰਨ ਵੀ ਅਸੀਂ ਫੋਟੋ ਖਿਚਾਉਣੀ ਆ, ਮੈਮਰੀ ਆ ਇੱਕ, ਜਦੋਂ ਵੱਡੇ ਹੋਣਗੇ ਉਦੋਂ ਦਿਖਾਵਾਂਗੇ ਵੀ ਵੈਨ ਯੂ ਆਰ 1 ਈਅਰ 2 ਈਅਰ 3 ਈਅਰ ਅਸੀਂ ਤੁਹਾਨੂੰ ਇੱਥੇ ਸੈਂਟਾ ਲੈ ਕੇ ਗਏ ਸੀ, ਪਹਿਲੀ ਕ੍ਰਿਸਮਸ ਤੁਹਾਡੀ ਇਵੇਂ ਦੀ ਸੀ, ਦੂਜੀ ਐਵੇਂ ਦੀ ਸੀ, ਤੀਜੀ ਐਵੇਂ ਦੀ ਸੀ, ਸੋ ਉਹ ਇੱਕ ਮੈਮਰੀਜ਼, ਉਹ ਕਲੈਕਸ਼ਨ ਬਣ ਜਾਂਦੀ ਆ ਤੁਹਾਡੀ, ਸੋ ਬੱਚੇ ਜਦੋਂ ਵੱਡੇ ਹੋਣਗੇ ਉਦੋਂ ਇਹਨਾਂ ਦੇ ਮਾਂ ਪਿਓ ਉਹਨਾਂ ਨੂੰ ਦਿਖਾਉਣਗੇ ਕਿ ਅਸੀਂ ਤੁਹਾਨੂੰ ਸੈਂਟੇ ਦੇ ਨਾਲ ਫੋਟੋ ਖਿਚਾਉਣ ਲੈ ਕੇ ਜਾਂਦੇ ਹੁੰਦੇ ਸੀ, ਸੋ ਇਹ ਸੈਂਟਾ ਜਿਹੜਾ ਹੁੰਦਾ ਜੀ ਦਿਨ ਦੇ ਵੇਲੇ ਵੀ ਅਵੇਲੇਬਲ ਆ, ਸ਼ਾਮ ਤੱਕ ਅਵੇਲੇਬਲ ਹੁੰਦਾ, ਟਾਈਮਿੰਗ ਹੁੰਦੀ ਆ ਤੇ ਤੁਸੀਂ ਕਿਤੇ ਵੀ ਜਾ ਕੇ ਆਪਣੇ ਬੱਚਿਆਂ ਨਾਲ ਫੋਟੋ ਖਿਚਵਾ ਸਕਦੇ ਆ, ਨਹੀਂ ਖਿਚਵਾ ਕੇ ਆਏ ਬੱਚੇ ਘਰ ਦੇ ਵਿੱਚ ਵੱਡੇ ਹੋ ਗਏ ਆ ਹੁਣ, ਤੁਸੀਂ ਇੱਥੇ ਸਾਡੇ ਥਰੂ ਇੰਜੋਏ ਕਰ ਸਕਦੇ ਆ, ਕਿਉਂਕਿ ਅੱਜ ਅਸੀਂ ਸਿਰਫ ਤੇ ਸਿਰਫ ਤੁਹਾਨੂੰ ਕ੍ਰਿਸਮਸ ਦੀਆਂ ਰੌਣਕਾਂ ਦਿਖਾ ਰਹੇ ਆ, ਕ੍ਰਿਸਮਸ ਦੀ ਰੌਣਕਾਂ ਤੇ ਆਪਾਂ ਹੁਣ ਜੀ ਲਾਸਟ ਲੋਕੇਸ਼ਨ ਸਾਡੀ ਸੀਗੀ ਜੀ ਵੈਨਕੂਵਰ ਆਰਟ ਗੈਲਰੀ, ਤੇ ਹੁਣ ਰਿਚਮੰਡ ਆਏ ਆ, ਤੇ ਇਸ ਤੋਂ ਬਾਅਦ ਅਸੀਂ ਕਿੱਥੇ ਜਾ ਰਹੇ ਹਾਂ? ਅਸੀਂ ਜਾ ਰਹੇ ਹਾਂ ਜੀ ਸਰੀ ਨੂੰ, ਵਾਪਸ ਚੱਲੇ ਹਾਂ ਤੇ ਸਰੀ ਦੇ ਵਿੱਚ ਕੀ ਕੁਝ ਆ ਉਹ ਵੀ ਜਾ ਕੇ ਐਕਸਪਲੋਰ ਕਰਾਂਗੇ, ਪਰ ਤੁਸੀਂ ਹੁਣ ਇੰਜੋਏ ਕਰੋ ਜੀ ਰਿਚਮੰਡ ਸੈਂਟਰ ਜੀ। ਕ੍ਰਿਸਮਸ ਸੈਂਟਰ ਦੇ ਕਾਫੀ ਕੋਰਨਰ ਹੈਗੇ ਨੇ, ਕਾਫੀ ਐਂਟਰੀਜ਼ ਹੈਗੀਆਂ, ਤੁਸੀਂ ਇਹਨਾਂ ਐਂਟਰੀਜ਼ ਦੇ ਵਿੱਚ ਜਿੱਥੇ ਵੀ ਜਾਓਗੇ, ਮੈਂ ਰਾਈਟ ਹੈਂਡ ਸਾਈਡ ਤੇ ਦੇਖ ਰਹੀ ਸੀ ਕਰਨ, ਉੱਥੇ ਵੀ ਇੱਕ ਕੈਬਿਨ ਬਣਿਆ ਹੋਇਆ ਸੀ ਜਿੱਥੇ ਲਾਈਟਸ ਲੱਗੀਆਂ ਹੋਈਆਂ ਸੀ, ਸੋ ਤੁਹਾਨੂੰ ਕ੍ਰਿਸਮਸ ਵਾਈਬਸ ਜਿਹੜੀਆਂ ਜ਼ਰੂਰ ਮਿਲ ਜਾਣਗੀਆਂ, ਹਰ ਕੋਨੇ ਦੇ ਵਿੱਚ ਜਿਹੜੇ ਟ੍ਰੀ ਆ, ਰੇਨਡੀਅਰ ਲੱਗੇ ਹੋਏ ਆ, ਸੋ ਉਹਦੇ ਸਾਹਮਣੇ ਜੁਆਇੰਟ ਰੇਨਡੀਅਰ ਵੀ ਲੱਗੇ ਹੋਏ ਨੇ, ਸੋ ਇਹ ਹੈ ਕਿ ਕ੍ਰਿਸਮਸ ਥੀਮ ਦੇ ਨਾਲ ਕ੍ਰਿਸਮਸ ਫੀਲ ਦੇਣ ਦੀ ਹਰ ਜਗ੍ਹਾ ਦੇ ਉੱਤੇ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ, ਸੋ ਨੋਰਮਲੀ ਤੁਸੀਂ ਇਸ ਸੈਂਟਰ ਦੇ ਵਿੱਚ ਜਿਹੜੀ ਆਹ ਜਗ੍ਹਾ ਹੈਗੀ ਆ, ਇੱਥੇ ਤੁਸੀਂ ਇਹੋ ਜਿਹਾ ਕੁਛ ਨਹੀਂ ਦੇਖਦੇ, ਰੇਨਡੀਅਰਸ ਵਗੈਰਾ ਨਹੀਂ ਦੇਖਦੇ, ਖਾਲੀ ਹੁੰਦੀ ਹੈ ਇਹ ਜਗ੍ਹਾ, ਪਰ ਹੁਣ ਰਾਈਟ ਨਾਓ ਡਿਊ ਟੂ ਕ੍ਰਿਸਮਸ ਤੁਸੀਂ ਦੇਖੋ ਕਿ ਰੇਨਡੀਅਰ ਇੱਕ ਛੋਟਾ ਬੱਚਾ ਨਾਲ ਕ੍ਰਿਸਮਸ ਟ੍ਰੀ ਤੇ ਇੱਕ ਹੋਰ ਜਿਹੜਾ ਰੇਨਡੀਅਰ ਉਹ ਲਾਇਆ ਹੋਇਆ, ਤੇ ਇਹ ਬੱਚਿਆਂ ਨੂੰ ਬਹੁਤ ਅਟਰੈਕਟ ਕਰਦੀਆਂ ਜੀ, ਤੇ ਕਾਫੀ ਸਟੋਰਸ ਦੇ ਵਿੱਚ ਵੀ ਜਿਹੜੀਆਂ ਨੇ ਉਹ ਤੁਸੀਂ ਸਾਹਮਣੇ ਦੇਖ ਸਕਦੇ ਕ੍ਰਿਸਮਸ ਟ੍ਰੀ ਹੈਗੇ ਨੇ, ਕ੍ਰਿਸਮਸ ਵਾਲਾ ਥੀਮ, ਸੋ ਹਰੇਕ ਜਗ੍ਹਾ ਦੇ ਉੱਤੇ ਕ੍ਰਿਸਮਸ ਬਾਲਸ ਥੀਮਸ, ਅਲੱਗ ਅਲੱਗ ਰੰਗ ਬਿਰੰਗੀਆਂ ਚੀਜ਼ਾਂ, ਗੋਲਡਨ, ਸਿਲਵਰ, ਰੈੱਡ, ਗ੍ਰੀਨ, ਇਹ ਤੁਹਾਨੂੰ ਜਿਹੜਾ ਕਲਰ ਹਰ ਜਗ੍ਹਾ ਦੇ ਉੱਤੇ ਦੇਖਣ ਨੂੰ ਮਿਲ ਜੂਗਾ, ਸੋ ਇਹ ਹੈ ਕਿ ਲੀਵਸ ਵਗੈਰਾ ਸਭ ਕੁਛ ਜਿਹੜਾ ਉਹ ਇੱਥੇ ਦੇਖਣ ਨੂੰ ਮਿਲਦਾ, ਸੋ ਰੌਣਕਾਂ ਹਰ ਜਗ੍ਹਾ ਦੇ ਉੱਤੇ ਕਾਫੀ ਨੇ, ਅਸੀਂ ਥੋੜੀਆਂ ਜਿਹੀਆਂ ਚੀਜ਼ਾਂ ਜਗ੍ਹਾਵਾਂ ਜਿਹੜੀਆਂ ਨੇ ਪਿਕ ਐਂਡ ਚੂਜ਼ ਕੀਤੀਆਂ ਨੇ ਤਾਂ ਕਿ ਤੁਸੀਂ ਇੱਥੇ ਆ ਕੇ ਦੇਖ ਸਕੋ, ਜਾਂ ਫਿਰ ਜੇ ਨਹੀਂ ਆ ਸਕੇ ਤਾਂ ਅਸੀਂ ਤੁਹਾਨੂੰ ਦਿਖਾ ਸਕੀਏ ਕਿ ਰੌਣਕਾਂ ਕਿਸ ਤਰ੍ਹਾਂ ਦੀਆਂ ਨੇ। ਅੱਛਾ, ਦਿਨ ਦੇ ਵੇਲੇ ਤਾਂ ਤੁਸੀਂ ਦੇਖੋ ਕਿ ਮਾਹੌਲ ਇੰਨਾ ਵਧੀਆ ਹੋਇਆ ਹੋਇਆ, ਤੇ ਰਾਤ ਨੂੰ ਤਾਂ ਹੋਰ ਵੀ ਵਧੀਆ ਹੋ ਜਾਂਦਾ, ਤੇ ਅਰਜੀ ਤੁਸੀਂ ਉਹ ਆਪਾਂ ਦੱਸਦੇ ਨੇ ਕਿ ਸਾਰੀ ਜਗ੍ਹਾਵਾਂ ਜਿਹੜੀ ਆਪਾਂ ਜਾ ਕੇ ਆਏ ਉਹ ਟ੍ਰਾਂਜ਼ਿਟ ਐਕਸੈਸਿਬਲ ਸੀਗੀਆਂ। ਹਾਂਜੀ, ਤੇ ਆਪਾਂ ਜਿਹੜੀ ਹੁਣ ਅੱਗੇ ਵੀ ਜਾਣਾ ਹੈਗਾ ਉਹ ਵੀ ਟ੍ਰਾਂਜ਼ਿਟ ਐਕਸੈਸਿਬਲ ਹੈਗੀਆਂ ਨੇ। ਹਾਂਜੀ, ਤੇ ਹੁਣ ਜਿਵੇਂ ਜਿਹੜਾ ਆਪਾਂ ਰਿਚਮੰਡ ਸੈਂਟਰ ਆਏ ਸੀਗੇ ਜੀ, ਤੇ ਇਹਦਾ ਮੈਨੂੰ ਲੱਗਦਾ ਹੈ ਕਿ ਜਿਹੜਾ ਰਿਚਮੰਡ ਸੈਂਟਰ ਦੇ ਨਾਲ ਵੀ ਇੱਕ ਕੈਨੇਡਾ ਲਾਈਨ ਵਾਲੀ ਲੱਗਦੀ ਹੈ ਸਕਾਈ ਟ੍ਰੇਨ, ਤੇ ਕੈਨੇਡਾ ਲਾਈਨ ਜਿਹੜੀ ਦੋ ਟਾਈਪਸ ਦੀ ਹੈਗੀ, ਆਪਾਂ ਟ੍ਰਾਂਜ਼ਿਟ ਵਾਲਾ ਵੀ ਦਿਖਾਇਆ ਹੈਗਾ ਕਿ ਐਕਸਪੋ ਲਾਈਨ ਸੈਪਰੇਟ ਹੈਗੀ ਤੇ ਆਪਣੀ ਆ ਜਿਹੜੀ ਕੈਨੇਡਾ ਲਾਈਨ ਸੈਪਰੇਟ ਹੈ। ਤੁਸੀਂ ਐਕਸਪੋ ਲਾਈਨ ਫੜ ਕੇ ਉਧਰ ਜਿਹੜੀ ਆਪਾਂ ਹੁਣ ਖਾ ਕਰਕੇ ਆਏ ਆ ਵੈਨਕੂਵਰ ਆਰਟ ਗੈਲਰੀ, ਉੱਥੇ ਤੁਸੀਂ ਉਤਰ ਸਕਦੇ ਹੋ, ਵੈਨਕੂਵਰ ਸਿਟੀ ਸੈਂਟਰ ਵਾਲਾ ਇੱਕ ਸਟੇਸ਼ਨ ਹੈ। ਸੋ ਤੁਸੀਂ ਜੇ ਕੈਨੇਡਾ ਲਾਈਨ ਵਾਲੀ ਲਓਗੇ, ਹਾਂਜੀ, ਕੈਨੇਡਾ ਲਾਈਨ ਵਾਲੀ ਲੈਣ ਤੋਂ ਬਾਅਦ ਹੀ ਤੁਸੀਂ ਦੋਨੋਂ ਆ ਕਵਰ ਕਰ ਸਕਦੇ ਹੈਗੇ ਹੋ ਕ੍ਰਿਸਮਸ ਦੇ ਥੀਮ ਲਈ। ਹੁਣ ਜਿਹੜਾ ਆਪਾਂ ਸਰੀ ਸੈਂਟਰ ਜਾ ਰਹੇ ਹੈਗੇ ਆ, ਉਹ ਤੁਹਾਨੂੰ ਪਤਾ ਹੀ ਹੈ ਸਰੀ ਸੈਂਟਰ ਹੀ ਉਤਰ ਕੇ ਤੁਹਾਡੀ 1 ਮਿੰਟ ਦੀ ਵਾਕ ਤੇ ਸਿਟੀ ਹਾਲ ਲੱਗਦਾ, ਤਾਂ ਸਿਟੀ ਹਾਲ ਜਿਹੜਾ ਤੁਸੀਂ ਉੱਥੇ ਜਿਹੜਾ ਕ੍ਰਿਸਮਸ ਟ੍ਰੀ ਸਰੀ ਟ੍ਰੀ ਲਾਈਟਿੰਗ ਜਿਹੜਾ ਹੋਇਆ ਸੀਗਾ ਫੈਸਟੀਵਲ ਜੀ, ਉੱਥੋਂ ਵੀ ਤੁਸੀਂ ਜਾ ਸਕਦੇ ਹੈਗੇ। ਬਿਲਕੁਲ ਜੀ, ਸੋ ਹੁਣ ਅਸੀਂ ਆਪਣੀ ਪਾਰਕਿੰਗ ਵੱਲ ਵੱਧ ਰਹੇ ਹਾਂ, ਸੋ ਇੱਥੇ ਅਸੀਂ ਪਾਰਕਿੰਗ ਰੂਫ ਟਾਪ ਦੇ ਉੱਤੇ ਲਗਾਈ ਸੀ, ਤੇ ਇਹਦੀ ਫਰੰਟ ਤੇ ਐਂਟਰੀ ਤੇ ਪਾਰਕਿੰਗ ਵੀ ਹੈਗੀ ਆ, ਅੰਡਰਗਰਾਊਂਡ ਪਾਰਕਿੰਗ ਵੀ ਹੈਗੀ ਆ, ਤੁਸੀਂ ਕਿਤੇ ਵੀ ਆ ਕੇ ਜਿਹੜਾ ਉਹ ਆਪਣੀ ਗੱਡੀ ਪਾਰਕ ਕਰ ਸਕਦੇ ਆ, ਐਂਡ ਪਾਰਕਿੰਗ ਇਜ਼ ਫ੍ਰੀ ਆਫ ਕਾਸਟ, ਸੋ ਇੱਥੇ ਹੈ ਕਿ ਅੰਦਰ ਚਾਰਜਸ ਨਹੀਂ ਹੈਗੇ। ਜੇ ਤੁਸੀਂ ਕ੍ਰਿਸਮਸ ਸ਼ਾਪਿੰਗ ਕਰਨੀ ਆ ਫਿਰ ਵੀ ਵਧੀਆ ਆਈਡੀਆ, ਪਰ ਜੇ ਤੁਸੀਂ ਆਲਰੇਡੀ ਕ੍ਰਿਸਮਸ ਸ਼ਾਪਿੰਗ ਕਰ ਚੁੱਕੇ ਆ ਤੇ ਆ ਕੇ ਸਿਰਫ ਤੇ ਸਿਰਫ ਸੈਂਟੇ ਨਾਲ ਫੋਟੋਆਂ ਖਿਚਵਾਉਣੀਆਂ, ਉਹਦੇ ਲਈ ਰਿਜ਼ਰਵੇਸ਼ਨਸ ਹੈਗੀਆਂ ਨੇ, ਸੋ ਇਹ ਮੈਂ ਜਲਦੀ ਸੋਲਡ ਆਊਟ ਵੀ ਹੋ ਜਾਂਦੀ। ਹਾਂਜੀ, ਸੋ ਮੈਂ ਇੱਕ ਮਾਲ ਦੀ ਗੱਲ ਨਹੀਂ ਕਰ ਰਹੀ, ਆਪਣੇ ਨੇੜਲੇ ਕਿਸੇ ਵੀ ਮਾਲ 'ਚ ਚਲੇ ਜਾਓ, ਉੱਥੇ ਤੁਹਾਨੂੰ ਇਹ ਚੀਜ਼ਾਂ ਜਿਹੜੀਆਂ ਉਹ ਮਿਲ ਜਾਣਗੀਆਂ। ਸੋ ਅੱਗੇ ਚੱਲੇ ਹਾਂ ਜੀ ਸਿਟੀ ਸੈਂਟਰ, ਸਿਟੀ ਸੈਂਟਰ ਚੱਲੇ। ਪਰ ਅਰਜੀ ਇੱਕ, ਤੁਸੀਂ ਮੈਂ ਐਕਚੁਅਲੀ ਮੈਂ ਇਸ਼ਾਰਾ ਇਸ ਲਈ ਕਰਦਾ ਸੀਗਾ ਕਿ ਤੁਸੀਂ ਉਹ ਪੁਆਇੰਟ ਮੈਂਸ਼ਨ ਨਹੀਂ ਕੀਤਾ, ਹਾਂਜੀ, ਕਿ ਜਿਹੜਾ ਇਨਫਲੇਸ਼ਨ ਵਾਲਾ ਤੁਸੀਂ ਵਧੀਆ ਦੱਸਿਆ ਸੀਗਾ, ਹਾਂਜੀ, ਤੇ ਸਾਨੂੰ ਡੈਕੋਰੇਸ਼ਨ ਇੰਨੀ ਨਹੀਂ ਦੇਖਣ ਨੂੰ ਮਿਲੀ ਆ। ਹਾਂ, ਇਹ ਰੌਣਕਾਂ ਦੇ ਵਿੱਚ ਇੱਕ ਪੁਆਇੰਟ ਇਸ ਤਰ੍ਹਾਂ ਦਾ ਵੀ ਹੈਗਾ ਕਰਨ, ਜੇ ਸਾਡੇ ਵਿਊਅਰਸ ਨੂੰ ਤੁਸੀਂ ਇੱਧਰ ਨੂੰ ਹੋ ਕੇ ਦੱਸ ਦਿਓ ਕਿ ਅੱਜ ਰੌਣਕਾਂ ਤੁਹਾਨੂੰ ਕਿਵੇਂ ਦੀਆਂ ਲੱਗੀਆਂ, ਖਾਸ ਕਰਕੇ ਦਸੰਬਰ ਦੇ ਦੋ ਹਫ਼ਤੇ ਬੀਤ ਵੀ ਚੁੱਕੇ ਆ। ਹਾਂਜੀ, ਦੋ ਹਫ਼ਤੇ ਜਿਵੇਂ, ਅੱਛਾ ਵੈਸੇ ਜਿਹੜਾ ਮੈਂ ਰਹਿੰਦਾ ਜੀ ਬਰਨਬੀ, ਤਾਂ ਚਾਹੇ ਮੈਂ ਕਿਸੇ ਵੀ ਮਾਲ ਦੀ ਵੀ ਆਪਾਂ ਜੀ ਗੱਲ ਕਰੀਏ, ਹੁਣ ਜਿਵੇਂ ਮੈਟਰੋ ਟਾਊਨ ਮੈਂ ਰਹਿੰਦਾ ਤਾਂ ਮੈਟਰੋ ਟਾਊਨ ਮਾਲ ਦੀ ਵੀ ਠੀਕ ਹੈ, ਥੋੜੀ ਬਹੁਤ ਲਾਈਟਾਂ ਲਾਤੀਆਂ ਲਾਈਟਾਂ, ਪਰ ਉਹ ਜਿਹੜੀ ਹੁਣ ਆਪਾਂ ਜਿਹੜੇ ਡੀਅਰ ਦੇਖ ਕੇ ਆਏ ਆ ਉਹ ਈਚ ਕਾਰਨਰ ਤੇ ਪਹਿਲਾਂ ਬਿਲਟ ਅਪ ਹੁੰਦੇ ਸੀਗੇ, ਪਰ ਹੁਣ ਸਿਰਫ ਉਹੀ ਇੱਕ ਛੋਟੀ ਜਿਹੀ ਡੈਕੋਰੇਸ਼ਨ ਲਾਤੀ ਹੈ ਕਿ
ਉਹ ਸਾਰੀ ਮੈਨੂੰ ਲੱਗਦਾ ਹੈ ਕਿ ਗਵਰਨਮੈਂਟ ਨੇ ਵੀ ਆਪਣਾ ਕੰਟਰੋਲ ਕਰ ਲਿਆ ਹੈਗਾ ਬਜਟ ਕਿ ਆਪਾਂ ਇਸ ਸਾਲ ਖਰਚੇ ਘੱਟ ਕਰੀਏ। ਬਟ ਯੈਸ, ਉਹ ਆਪਣਾ ਸਟਿਲ ਜਿੰਨੀ ਵੀ ਛੋਟੀ ਤੋਂ ਛੋਟੀ ਜਿਹੜੀ ਮੈਮਰੀਜ਼ ਕਲੈਕਟ ਕਰਨੀ, ਉਹਨਾਂ ਨੇ ਈਚ ਪਾਰਟ ਜਿਹੜਾ ਛੋਟਾ ਵੀ ਇੱਕ ਜਿਹੜਾ ਸੈਟਅਪ ਕੀਤਾ ਹੋਇਆ, ਉਹੀ ਮੈਨੂੰ ਲੱਗਦਾ ਆਪਣੇ ਲਈ ਆਪਾਂ ਵੀ ਥੈਂਕਫੁਲ ਹੈਗੇ ਗਵਰਨਮੈਂਟ ਲਈ, ਤੇ ਆਪਾਂ ਆਪਣੇ ਲਈ ਵੀ ਹੈਗਾ ਕਿ ਚੱਲ ਥੋੜਾ ਬਹੁਤ ਇੰਜੋਏ ਹੋ ਹੀ ਜਾਂਦਾ ਮਾਲ ਜਾ ਕੇ। ਸੋ ਛੁੱਟੀਆਂ ਦਾ ਸੀਜ਼ਨ ਆ, ਪਰ ਉਹ ਵਾਈਬ ਜਿਹੜੀ ਆ ਉਹ ਇੰਨੀ ਨਜ਼ਰ ਨਹੀਂ ਆ ਰਹੀ ਇਸ ਵਾਰ, ਬਿਲਕੁਲ ਵਾਈਬ ਨਹੀਂ ਇਸ ਵਾਰ। ਪਰ ਅਸੀਂ ਟਰਾਈ ਕਰ ਰਹੇ ਹਾਂ ਕਿ ਤੁਹਾਨੂੰ ਉਸ ਡੈਕੋਰੇਸ਼ਨਸ ਦਿਖਾਈਆਂ ਜਾਣ। ਸੋ ਹੁਣ ਚੱਲਦੇ ਹਾਂ ਜੀ ਸਿੱਧਾ ਸਰੀ ਨੂੰ ਤੇ ਦੇਖਦੇ ਹਾਂ ਉੱਥੇ ਕਿਸ ਤਰ੍ਹਾਂ ਦੀਆਂ ਡੈਕੋਰੇਸ਼ਨਸ ਹੈਗੀਆਂ ਨੇ, ਕਿਸ ਤਰ੍ਹਾਂ ਦੀਆਂ ਰੌਣਕਾਂ ਨੇ। ਬਿਲਕੁਲ ਜੀ, ਚਲੋ ਜੀ ਆਪਾਂ ਹੁਣ ਸਟਾਰਟ ਕਰਦੇ ਹਾਂ। ਬਿਲਕੁਲ ਜੀ, ਟਰੈਵਲ ਹੌਟਸਪੌਟ ਐਕਸਪਲੋਰ ਬੀਸੀ ਤੇ ਇਹ ਜਗ੍ਹਾ ਤਾਂ ਸਾਰਿਆਂ ਦੀ ਜਾਣੀ ਪਛਾਣੀ ਹੈ ਜੀ। ਸਰੀ ਦੇ ਵਿੱਚ ਸਰੀ ਸਿਵਿਕ ਪਲਾਜ਼ਾ ਸਿਟੀ ਹਾਲ ਦੇ ਬਿਲਕੁਲ ਸਾਹਮਣੇ ਇਹ ਪਲਾਜ਼ਾ ਹੈਗਾ। ਇਸ ਪਲਾਜ਼ੇ ਦੇ ਵਿੱਚ ਪਿਛਲੀ ਨਵੰਬਰ ਐਂਡ ਦੇ ਉੱਤੇ ਅਸੀਂ ਵੀ ਤੁਹਾਨੂੰ ਲਾਈਵ ਦਿਖਾਇਆ ਸੀਗਾ, ਦੋ ਦਿਨ ਅਸੀਂ ਵੀ ਇੱਥੇ ਟੈਂਟ ਲਾਇਆ ਹੋਇਆ ਸੀ, ਸਟਾਲ ਲਗਾਈ ਹੋਈ ਸੀ ਤੇ ਬਹੁਤ ਹੀ ਜ਼ਿਆਦਾ ਰੌਣਕ ਇੱਥੇ ਦੇਖਣ ਨੂੰ ਮਿਲੀ ਸੀ ਜਦੋਂ ਇਹ ਟ੍ਰੀ ਲਾਈਟ ਫੈਸਟੀਵਲ ਹੋਇਆ ਸੀ। ਸੋ ਟ੍ਰੀ ਲਾਈਟਨਿੰਗ ਫੈਸਟੀਵਲ ਸੀਗਾ ਤੇ ਇਹ ਟ੍ਰੀ ਨੂੰ ਜਗਾਇਆ ਗਿਆ ਸੀ। ਥੋੜਾ ਅਰਲੀ ਹੈ, ਘੰਟੇ ਤੱਕ ਇਹ ਟ੍ਰੀ ਜਿਹੜਾ ਜਗ ਜਾਏਗਾ। ਸੋ ਸਕਾਈ ਟ੍ਰੇਨ ਮੇਰੇ ਸਾਈਡ ਤੋਂ ਜਾ ਰਹੀ ਹੈ, ਉਹਦੀ ਆਵਾਜ਼ ਆ ਰਹੀ ਹੈ ਤੇ ਨਾਲ ਤੁਸੀਂ ਦੇਖ ਸਕਦੇ ਆ ਕਿ ਸਰੀ ਸਿਟੀ ਹਾਲ ਵੀ ਕਿੰਨਾ ਕੁ ਜ਼ਿਆਦਾ ਡੈਕੋਰੇਸ਼ਨ ਜਿਹੜੀ ਕੀਤੀ ਹੋਈ ਹੈ, ਡੈਕੋਰੇਟ ਕੀਤਾ ਹੋਇਆ। ਅੰਦਰ ਵਾਲੀ ਸਾਈਡ ਤੋਂ ਤੁਸੀਂ ਦੇਖ ਸਕਦੇ ਆ ਕਿ ਬਹੁਤ ਵਧੀਆ ਡੈਕੋਰੇਸ਼ਨਸ ਕੀਤੀਆਂ ਹੋਈਆਂ ਨੇ ਤੇ ਅੰਦਰ ਰਾਈਟ ਨਾਓ ਆਈ ਥਿੰਕ ਆਪਾਂ ਜਾ ਨਹੀਂ ਸਕਦੇ ਕਿਉਂਕਿ ਕੋਈ ਇਵੈਂਟ ਹੋ ਰਿਹਾ ਜੀ। ਥੋੜਾ ਇਵੈਂਟ ਮੈਨੂੰ ਲੱਗਦਾ, ਪਰ ਉਹਦਾ ਪੈਕਅਪ ਹੋ ਗਿਆ ਜੀ, ਜਾਂ ਤਾਂ ਪੈਕਅਪ ਹੋ ਗਿਆ। ਆਪਾਂ ਬਸ ਜਿਹੜਾ ਮਾਰੇ ਹੁੰਦੇ ਆ ਆਪਾਂ ਦੇਖ ਲੈਂਦੇ ਆ, ਪਰ ਇਹ ਹੈ ਕਿ ਇਹ ਵਾਲਾ ਟੀ ਸੀ ਜਿਹੜਾ ਲਿਟ ਕੀਤਾ ਗਿਆ ਸੀ ਮੇਅਰ ਬ੍ਰੈਂਡ ਅਲੋਕ ਦੇ ਵੱਲੋਂ। ਸੋ ਉਦੋਂ ਬਹੁਤ ਲੋਕ ਇੱਥੇ ਪਹੁੰਚੇ ਸੀ। ਸੋ ਇੱਕ ਦਿਨ ਦਾ ਫੈਸਟੀਵਲ ਹੋਇਆ ਕਰਦਾ ਇਹ, ਪਰ ਹੁਣ ਇਹ ਦੋ ਦਿਨਾਂ ਦੇ ਲਈ ਕਰ ਦਿੱਤਾ ਗਿਆ ਸੀ ਫੋਰ ਫਰੋਮ ਪਬਲਿਕ ਡਿਮਾਂਡ, ਕਿਉਂਕਿ ਲੋਕਾਂ ਨੇ ਬਹੁਤ ਜ਼ਿਆਦਾ ਡਿਮਾਂਡ ਕੀਤੀ ਵੀ ਇੱਕ ਦਿਨ ਘੱਟ ਪੈ ਜਾਂਦਾ ਸਾਨੂੰ ਪ੍ਰਸੈਂਟਾਂ ਨਾਲ ਪਿਕਚਰਸ ਐਂਡ ਆਲ। ਆ ਸਾਰਾ ਜਿਹੜਾ ਤੁਸੀਂ ਪਲਾਜ਼ਾ ਦੇਖ ਰਹੇ ਹਾਂ ਇਹ ਸਾਰਾ ਪਲਾਜ਼ਾ ਫੁੱਲ ਹੁੰਦਾ ਉਸ ਟਾਈਮ ਦੇ ਉੱਤੇ, ਤੇ ਹੁਣ ਅੰਦਰ ਤੁਸੀਂ ਦੇਖ ਸਕਦੇ ਹਾਂ ਕਿ ਬਹੁਤ ਜ਼ਿਆਦਾ ਜਿਹੜੀ ਹੈ ਉਹ ਡੈਕੋਰੇਸ਼ਨ ਕੀਤੀ ਹੋਈ ਹੈ। ਹਾਂਜੀ, ਸੋ ਇਹ ਜਿਹੜਾ ਇਵੈਂਟ ਹੈ ਉਹ ਸਕਸੈਸਫੁਲੀ ਨਿਬੜ ਗਿਆ ਅੰਦਰੋਂ, ਤੇ ਪਰ ਜਿਹੜੀ ਡੈਕੋਰੇਸ਼ਨ ਉਹ ਬਹੁਤ ਕੀਤੀ ਹੋਈ ਹੈ। ਲੈਟਸ ਸੀ, ਆਪਾਂ ਦੇਖ ਸਕਦੇ ਹਾਂ ਤਾਂ, ਪਰ ਇਹ ਸਿਟੀ ਹਾਲ ਦੇ ਅੰਦਰ ਤੁਸੀਂ ਦੇਖ ਸਕਦੇ ਹਾਂ ਕਿ ਬਹੁਤ ਜ਼ਿਆਦਾ ਡੈਕੋਰੇਸ਼ਨ ਤੇ ਬਹੁਤ ਜ਼ਿਆਦਾ ਲੋਕ ਜਿਹੜੇ ਆ ਉਹ ਜਾ ਕੇ ਡੈਕੋਰੇਸ਼ਨ ਨੂੰ ਦੇਖ ਸਕਦੇ ਹਾਂ ਜੀ। ਮੈਨੂੰ ਲੱਗਦਾ ਹੈ ਅਰਸ਼ੀ, ਕੀ ਸੀਨ ਲੱਗਦਾ ਤੁਹਾਨੂੰ? ਦੇ ਆਰ ਪ੍ਰਿਪੇਅਰਿੰਗ ਫਾਰ ਟੁਮਾਰੋ, ਕਿਉਂਕਿ ਕੱਲ ਨੂੰ ਸੇਫ ਦਾ ਜਿਹੜਾ ਹੋਣਾ ਨਾ ਉਹ ਇੱਥੇ ਜਿਹੜਾ ਕੀਤਾ ਜਾ ਰਿਹਾ ਕੱਲ ਵਾਲਾ ਹੈਗਾ, ਹੈ ਨਾ? ਹਾਂਜੀ, ਸੋ ਇਹ ਜੀ ਸਾਰੀਆਂ ਡੈਕੋਰੇਸ਼ਨਸ ਅੰਦਰ ਕੀਤੀਆਂ ਹੋਈਆਂ, ਹੈਪੀ ਹੋਲੀਡੇਜ਼ ਲਿਖਿਆ ਹੋਇਆ। ਸੋ ਕੁਝ ਇਸ ਤਰ੍ਹਾਂ ਦਾ ਸਿਟੀ ਹਾਲ ਜਿਹੜਾ ਉਹ ਅੰਦਰੋਂ ਲੱਗਦਾ। ਸੋ ਆਪਾਂ ਜਦੋਂ ਅੰਦਰ ਆਵਾਂਗੇ ਤਾਂ ਤੁਸੀਂ ਇੱਥੇ ਇਸ ਤਰ੍ਹਾਂ ਦੀ ਲਾਈਟਿੰਗ ਜਿਹੜੀ ਦੇਖ ਸਕਦੇ ਹੋ। ਕਰਨ ਇੱਧਰ ਮੇਰੇ ਵਾਲੀ ਸਾਈਡ ਤੇ ਟ੍ਰੀ ਜਿਹੜੇ ਆ ਉਹ ਲੱਗੇ ਹੋਏ ਆ, ਬਿਲਕੁਲ ਬਾਹਰ ਤਾਂ ਨੀਚੇ ਸੁਰ ਸਨੋ ਦਾ ਇਫੈਕਟ ਦਿੱਤਾ ਹੋਇਆ ਪੂਰਾ, ਹਾਂਜੀ ਕਾਟਨ ਲਾ ਕੇ। ਹਾਂ, ਸੋ ਇਹ ਸਾਰੀਆਂ ਚੀਜ਼ਾਂ ਇੱਥੇ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ। ਸੋ ਤੁਸੀਂ ਇੱਥੇ ਆ ਸਕਦੇ ਆ, ਇੱਥੇ ਆ ਕੇ ਇਹ ਸਾਰੀਆਂ ਡੈਕੋਰੇਸ਼ਨਸ ਜਿਹੜੀਆਂ ਨੇ ਉਹ ਦੇਖ ਸਕਦੇ ਆ। ਪਰ ਜੇ ਨਹੀਂ ਤੁਸੀਂ ਆ ਰਹੇ ਇੱਥੇ, ਦੈਟ ਇਜ਼ ਆਲ ਓਕੇ, ਅਸੀਂ ਤੁਹਾਨੂੰ ਸਾਰੀਆਂ ਰੌਣਕਾਂ ਦਿਖਾ ਰਹੇ ਹਾਂ। ਸੋ ਇਸ ਤਰ੍ਹਾਂ ਦੇ ਨਾਲ ਕੁਝ ਰੌਣਕਾਂ ਨੇ, ਪਰ ਤੁਸੀਂ ਦੇਖੋ ਕਿ ਇਹ ਟ੍ਰੀ ਰਾਤ ਦੇ ਟਾਈਮ ਲਿਟ ਹੋਣਾ ਤੇ ਲਾਈਟ ਦੇ ਟਾਈਮ ਇਹ ਲਾਈਟਾਂ ਜਗਦੀਆਂ ਬੜੀਆਂ ਚੰਗੀਆਂ ਲੱਗਦੀਆਂ ਜੀ। ਸੋ ਇਸ ਤਰ੍ਹਾਂ ਮੈਨੂੰ ਲੱਗਦਾ ਅਸੀਂ ਕਿ ਜਿਹੜਾ ਆਹ ਵਾਲਾ ਟ੍ਰੀ ਹੈਗਾ, ਇਹ ਮੈਨੂੰ ਲੱਗਦਾ 25 ਓਬਵੀਅਸਲੀ ਜਿਸ ਦਿਨ ਕ੍ਰਿਸਮਸ ਹੈਗਾ, ਹਾਂਜੀ, ਤੇ ਉਸ ਤੋਂ ਇੱਕ ਦਿਨ ਪਹਿਲਾਂ ਸੰਡੇ ਲੱਗਦਾ, ਤਾਂ ਸੰਡੇ ਨੂੰ ਇੱਥੇ ਹੋਰ ਮੈਨੂੰ ਲੱਗਦਾ ਕਿ ਕੁਛ ਨਾ ਕੁਛ ਇਹਨਾਂ ਨੇ ਇਵੈਂਟ ਰੱਖੇ ਹੀ ਹੋਣੇ। ਉਸ ਟਾਈਮ ਤੇ ਇਵੈਂਟ ਤਾਂ ਕੋਈ ਨਹੀਂ ਹੈਗੇ ਨੇ, ਪਰ ਇਹ ਹੈ ਕਿ ਇਸ ਏਰੀਆ 'ਚ ਤਾਂ ਕੁਛ ਨਾ ਕੁਛ ਤਾਂ ਰੌਣਕ ਹੋਣੀ, ਰੌਣਕ ਹੋਏਗੀ ਪਰ ਇੰਨੀ ਜ਼ਿਆਦਾ ਨਹੀਂ, ਕਿਉਂਕਿ ਸਾਰੀ ਰੌਣਕ ਡਾਊਨ ਟਾਊਨ ਚੱਲ ਜਾਂਦੀ ਹੈ, ਡਾਊਨ ਟਾਊਨ ਜਾਏ। ਸੋ ਡਾਊਨ ਟਾਊਨ ਦੇ ਵਿੱਚ ਜਿਹੜਾ ਉਹ ਕੁਝ ਹੋ ਜਾਂਦਾ, ਪਰ ਇਹ ਹੈ ਕਿ ਇਹ ਵਾਲਾ ਟ੍ਰੀ ਜਨਵਰੀ ਤੱਕ ਇੱਥੇ ਰਹੇਗਾ, ਉਦੋਂ ਤੱਕ ਇੱਥੇ ਜਿਹੜਾ ਇਹ ਹੋਏਗਾ। ਸੋ ਉਦੋਂ ਤੱਕ ਤੁਸੀਂ ਆ ਕੇ ਇਹਨੂੰ ਦੇਖ ਸਕਦੇ ਆ, ਨਿਹਾਰ ਸਕਦੇ ਆ, ਤੇ ਡੈਕੋਰੇਸ਼ਨਸ ਜਿਹੜੀਆਂ ਨੇ ਉਹ ਦੇਖੀਆਂ ਜਾ ਸਕਦੀਆਂ ਨੇ। ਸੋ ਬਹੁਤ ਹੀ ਵਧੀਆ ਏਰੀਆ ਹੈਗਾ ਇਸ ਏਰੀਆ ਦੇ ਵਿੱਚ, ਪਰ ਰੌਣਕਾਂ ਜਿਹੜੀਆਂ ਨੇ ਉਹਦੇ ਗਲਿੰਪਸ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਜੀ, ਜਦੋਂ ਇੱਥੇ ਟੈਂਟ ਲੱਗੇ ਹੋਏ ਸੀ ਤੇ ਜਦੋਂ ਸਾਡੀ ਟੀਮ ਨੇ ਕਵਰ ਕੀਤਾ ਜੀ। ਬਿਲਕੁਲ ਜੀ, ਤੇ ਇਸ ਤੋਂ ਬਾਅਦ ਅਰਸ਼ੀ ਫਿਰ ਆਪਾਂ ਚੱਲੀਏ ਜੀ ਹੁਣ ਜੀ। ਬਿਲਕੁਲ ਜੀ, ਸੋ ਅਗਲੀ ਲੋਕੇਸ਼ਨ ਤੇ ਜਾਣ ਦੀ ਕੋਸ਼ਿਸ਼ ਕਰਦੇ ਆ। ਅਗਲੀ ਲੋਕੇਸ਼ਨ ਆਪਾਂ ਗਿਲਫੋਰਡ ਮਾਲ ਜਾ ਕੇ ਦੇਖਦੇ ਆ, ਜੇ ਉੱਥੇ ਕੁਝ ਰੌਣਕਾਂ ਹੈਗੀਆਂ ਤਾਂ ਫਿਰ ਆਪਾਂ ਉਹ ਚੱਲਦੇ ਆ। ਬਿਲਕੁਲ ਜੀ, ਟਰੈਵਲ ਹੌਟਸਪੌਟ ਐਕਸਪਲੋਰ ਬੀਸੀ ਤੇ ਦੇਖ ਰਹੇ ਹਾਂ ਸਰੀ ਵੈਨਕੂਵਰ ਰਿਚਮੰਡ ਦੇ ਵਿੱਚ ਕ੍ਰਿਸਮਸ ਦੀਆਂ ਰੌਣਕਾਂ, ਤੇ ਕ੍ਰਿਸਮਸ ਦੀਆਂ ਰੌਣਕਾਂ ਇੱਥੇ ਸਾਡੇ ਗਿਲਫੋਰਡ ਟਾਊਨ ਸੈਂਟਰ ਦੇ ਵਿੱਚ ਕਿਹੜਾ ਘੱਟ ਲੱਗੀਆਂ ਹੋਈਆਂ ਨੇ। ਵਿੰਟਰ ਵੰਡਰਲੈਂਡ ਬਣਾਇਆ ਹੋਇਆ ਜੀ, ਪਿੱਛੇ ਟ੍ਰੀ ਹੀ ਟ੍ਰੀ ਤੁਸੀਂ ਮੇਰੇ ਮਗਰ ਦੇਖ ਰਹੇ ਹਾਂ। ਸੋ ਜਦੋਂ ਅਸੀਂ ਕਰਨ ਰਿਚਮੰਡ ਗਏ ਸੀ ਉੱਥੇ ਵੀ ਸੈਂਟਾ ਕੋਕੋਆ ਬ੍ਰੇਕ ਤੇ ਸੀਗਾ, ਤੇ ਹੁਣ ਇੱਥੇ ਕੁੱਕੀ ਬ੍ਰੇਕ ਤੇ ਆ। ਸੋ ਇਹ ਹੈ ਕਿ ਸਾਨੂੰ ਦੇਖ ਕੇ ਸੈਂਟਰ ਨੂੰ ਭੁੱਖ ਲੱਗੇ ਆਉਂਦੀ ਆ, ਸੈਂਟਾ ਮਿੱਠਾ ਲਾਈਕ ਕਰਦਾ।
ਬਿਲਕੁਲ ਜੀ, ਸੋ ਇਹ ਕੁੱਕੀ ਬ੍ਰੇਕ ਤੇ ਉੱਤੇ ਆ ਸੈਂਟਾ, ਸੋ ਇੱਥੇ ਸੈਂਟੇ ਦੇ ਨਾਲ ਪਿਕਚਰਸ ਜਿਹੜੀਆਂ ਨੇ ਉਹ ਖਿਚਵਾਈਆਂ ਜਾ ਸਕਦੀਆਂ। ਰਿਜ਼ਰਵੇਸ਼ਨਸ ਜ਼ਰੂਰੀ ਹੈਗੀਆਂ ਨੇ, ਰਿਜ਼ਰਵੇਸ਼ਨ ਵੀ ਕਰਵਾਈ ਜਾ ਸਕਦੀ ਹੈ, ਪਰ ਤੁਸੀਂ ਲਾਈਨ ਅਪ ਵੀ ਮੈਨੂੰ ਲੱਗਦਾ ਇੱਥੇ ਵਿੱਚ ਲੱਗ ਕੇ ਤੁਸੀਂ ਆਪਣੀਆਂ ਫੋਟੋਆਂ ਜਿਹੜੀਆਂ ਉਹ ਸੈਂਟੇ ਦੇ ਨਾਲ ਖਿਚਵਾ ਸਕਦੇ। ਸੋ ਇਹ ਕੁਛ ਇਸ ਤਰ੍ਹਾਂ ਦਾ ਲੱਗਦਾ ਜੀ। ਸੋ ਇਹ ਨਾਰਥ ਪੋਲ ਪਿਕਚਰਸ ਹੈ, ਸੋ ਇੱਥੇ ਜੀ ਸੈਂਟੇ ਦੀ ਪਿਕਚਰ ਕੁਛ ਇਸ ਤਰ੍ਹਾਂ ਦੀ ਹੈ। ਸੋ ਇੱਥੇ ਸੋਫੇ ਦੇ ਉੱਤੇ ਸੈਂਟਾ ਬੈਠਦਾ ਤੇ ਉਹ ਨਾਰਥ ਪੋਲ ਦੀ ਫੀਲ ਦਿੰਦਾ। ਟ੍ਰੀ ਹੀ ਟ੍ਰੀ ਹੈ ਇੱਥੇ, ਰੇਨ ਡੀਅਰ ਵਾਲਾ ਕੋਨਸੈਪਟ ਨਹੀਂ ਹੈਗਾ, ਸੈਂਟੇ ਦੇ ਘਰ ਵਾਲਾ ਕੋਨਸੈਪਟ ਨਹੀਂ ਹੈ, ਡਿਫਰੈਂਟ ਤਰ੍ਹਾਂ ਦਾ ਕੋਨਸੈਪਟ ਹੈ ਜੀ। ਸੋ ਇਹ ਵੀ ਇੱਕ ਡਿਫਰੈਂਟ ਵਾਈਬ ਹੈ, ਇਹ ਮੈਨੂੰ ਲੱਗਦਾ ਕੁਝ ਅੱਛੀ ਵਾਈਬ ਹੈ, ਇਹ ਥੋੜਾ ਜ਼ਿਆਦਾ ਲਗਜ਼ਰੀ ਵਾਲੀ ਵਾਈਬ ਦਿੱਤੀ ਹੋਈ ਹੈ ਇਹਨਾਂ ਨੇ, ਤੇ ਲਗਜ਼ਰੀ ਦੇ ਨਾਲ ਮੈਨੂੰ ਲੱਗਦਾ ਤੁਸੀਂ ਕਹਿ ਰਹੇ ਹੋ ਜਿਵੇਂ ਘਰ ਵਾਲੀ ਵਾਈਬ ਤਾਂ ਨਹੀਂ, ਇਹ ਸਿਰਫ ਇਟਸੈਲਫ ਇਹਨਾਂ ਨੇ ਉਹ ਨਾਰਥ ਪੋਲ ਦਾ ਦਿਖਾਇਆ। ਹਾਂਜੀ, ਨਾਰਥ ਪੋਲ ਇਟਸੈਲਫ ਮੀਨਸ ਕਿ ਸਿਰਫ ਪੇੜ ਹੈ, ਬਰਫ਼ ਹੈ। ਹਾਂਜੀ, ਆਪਣੇ ਘਰਾਂ ਸ਼ਵਲਸ ਦੇ ਨਾਲ ਖਿਲਾਰਦੇ ਨੇ ਤਾਂ ਕਿ ਉਹ ਫੀਲ ਕਰਨ। ਹਰ ਹਰ ਦੇਸ਼ ਦਾ, ਹਰ ਮੁਲਕ ਦਾ ਆਪਣਾ ਤਿਉਹਾਰ ਹੈ, ਹਰ ਬਿਲੀਵਸ ਆਪਣੇ ਹੈਗੇ ਨੇ। ਸੋ ਇਹ ਬਿਲੀਵ ਜਿਹੜੇ ਨੇ ਇਹਨਾਂ ਦੇ ਕ੍ਰਿਸਮਸ ਦੇ ਨਾਲ ਜੁੜੇ ਨੇ, ਤੇ ਕ੍ਰਿਸਮਸ ਇੱਕ ਸਭ ਤੋਂ ਵੱਡਾ ਤਿਉਹਾਰ ਹੋ ਨਿਬੜਦਾ। ਜਦੋਂ ਕ੍ਰਿਸਮਸ ਦੀ ਗੱਲ ਆਉਂਦੀ ਲੋਕ ਬਰੋਕ ਵੀ ਹੋ ਜਾਂਦੇ, ਅਗਰ ਇੰਨੀਆਂ ਪਾਰਟੀਆਂ ਕਰਦੇ ਆ ਲੋਕ, ਇੰਨਾ ਕੁ ਸੈਲੀਬ੍ਰੇਟ ਕਰਦੇ ਆ, ਇੰਨੇ ਕੁ ਗਿਫਟ ਲੈਂਦੇ ਆ ਆਪਣਿਆਂ ਦੇ ਲਈ, ਤਾਂ ਫਿਰ ਉਹ ਜਨਵਰੀ 'ਚ ਕਹਿੰਦੇ ਆ ਕਿ ਹੁਣ ਅਸੀਂ ਨਵਾਂ ਸਾਲ ਸ਼ੁਰੂ ਕਰਨ ਲੱਗੇ ਹਾਂ, ਹੁਣ ਖਰਚੇ ਲਿਮਿਟਿਡ ਕਰ ਲੈਣੇ ਆ ਤੇ ਹੁਣ ਸਾਰੇ ਸਾਲ ਦੀ ਸੇਵਿੰਗ ਕਰਨੀ ਹੈ, ਤੇ ਨੈਕਸਟ ਕ੍ਰਿਸਮਸ ਦੇ ਉੱਤੇ ਫਿਰ ਉਹੀ ਹਾਲ ਜਿਹੜਾ ਹੋ ਜਾਂਦਾ। ਸੋ ਕ੍ਰਿਸਮਸ ਪਾਰਟੀਜ਼, ਪਜਾਮਾ ਪਾਰਟੀਜ਼, ਆਊਟਡੋਰ ਪਾਰਟੀਜ਼, ਮੈਨੀ ਮੋਰ, ਯੂ ਨੇਮ ਇਟ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਦਸੰਬਰ ਮਹੀਨੇ ਦੇ ਵਿੱਚ ਦੇਖਣ ਨੂੰ ਮਿਲਦੀਆਂ। ਮੈਂ ਅਰਸ਼ੀ, ਤੁਹਾਨੂੰ ਲਾਸਟ ਟਾਈਮ ਯਾਦ ਆ ਸੀ ਕਿਸ ਟਾਈਮ ਆਏ ਸੀ ਇੱਥੇ ਗਿਲਫਰਡ? ਲਾਸਟ ਟਾਈਮ ਮੈਨੂੰ ਬਿਲਕੁਲ ਯਾਦ ਹੈ ਜੀ, ਜਦੋਂ ਡਾਇਨਾਸੌਰ ਐਗਜ਼ੀਬਿਸ਼ਨ ਲੱਗੀ ਸੀ। ਹਾਂ, ਤੇ ਉਹਦਾ ਜ਼ਿਕਰ ਮੈਂ ਇਸ ਲਈ ਕਰ ਰਿਹਾ, ਮੈਨੂੰ ਸਭ ਤੋਂ ਕਿਊਟੈਸਟ ਥਿੰਗ ਹਜੇ ਇੱਥੇ ਦੱਸੋ ਕਿਹੜੀ ਲੱਗੀ ਹੋਣੀ, ਕਿ ਜਿਵੇਂ ਆਪਾਂ ਡਾਇਨਾਸੌਰ ਦੇਖੇ ਸੀਗੇ ਉਹ ਰੈਬਿਟ ਦੇਖੇ ਸਾਹਮਣੇ। ਓ ਦੈਟਸ ਸੋ ਕਿਊਟ, ਉਹਦੇ ਜਿਹੜੇ ਕੰਨ ਹਿਲ ਰਹੇ ਆ, ਕੰਨ ਹਿਲਦੇ ਆ, ਤੇ ਇਹੋ ਜਿਹੇ ਇਕੱਲੇ ਕੰਨ ਉਹੀ ਨਹੀਂ ਹੈਗੇ, ਉਹ ਪਿੱਛੇ ਪਾਂਡਾ ਬੀਅਰ ਬੈਠਾ ਹੈ। ਹਾਂ, ਉਹ ਵੀ ਹਿਲ ਰਿਹਾ ਹੈ। ਵਾਲਾ, ਤੇ ਇੱਧਰ ਉਹ ਸਭ ਤੋਂ ਹੋਰ ਛੋਟੀ ਜਿਹੀ ਜਿਹੜੇ ਬੱਚੇ ਨੂੰ ਅਟਰੈਕਟ ਕਰਦੇ ਹੋ, ਛੋਟੇ ਛੋਟੇ ਡੀਅਰਸ ਦੇਖੋ। ਓ ਨਾਈਸ ਯਾ, ਇਹ ਮੈਂ ਚੈੱਕ ਨਹੀਂ ਕੀਤਾ ਸੀ, ਪਰ ਤੁਸੀਂ ਦੇਖੋ ਕਿ ਉਹ ਰੀਅਲ ਇਫੈਕਟ ਦੇਣ ਦੀ ਕੋਸ਼ਿਸ਼ ਕੀਤੀ ਹੈ, ਬਿਲਕੁਲ ਰੀਅਲ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇ ਅੰਦਰ ਇਸ ਤਰ੍ਹਾਂ ਦੇ ਨਾਲ ਡੀਅਰ ਨੇ, ਇਸ ਤਰ੍ਹਾਂ ਪਾਣੀ ਪੀ ਰਹੇ ਨੇ, ਹਾਂਜੀ, ਤਾਂ ਉਹ ਕਿਵੇਂ ਫੀਲ ਕਰਦੇ ਹੋਣਗੇ ਵਿੰਟਰ ਵੰਡਰਲੈਂਡ ਦੇ ਵਿੱਚ, ਬਿਲਕੁਲ ਕਿਵੇਂ ਫੀਲ ਕਰਦੇ ਹੋਣਗੇ ਨਾਰਥ ਪੋਲ ਦੇ ਉੱਤੇ। ਨਾਰਥ ਪੋਲ ਐਗਜ਼ਿਸਟ ਕਰਦਾ ਨਹੀਂ ਕਰਦਾ, ਉਹ ਆਪਣੇ ਆਪ 'ਚ ਮਿਥ ਕਹਾਣੀਆਂ, ਹਿਸਟਰੀਜ਼ ਜੋ ਮਰਜ਼ੀ ਲਗਾ ਲਓ ਤੁਸੀਂ, ਪਰ ਫੀਲ ਬੜੀ ਚੰਗੀ ਹੈ ਜੀ ਨਾਰਥ ਪੋਲ ਦੀ। ਸੋ ਜੇ ਇੱਕ ਵਾਰੀ ਕੋਈ ਨਾਰਥ ਪੋਲ ਦੇਖ ਲੈਂਦਾ, ਜੀ ਕਰਦਾ ਕਿ ਅਸੀਂ ਨਾਰਥ ਪੋਲ ਦੇ ਵਿੱਚ ਰਹਿੰਦੇ ਹੋਈਏ, ਮਸਤੀ ਕਰਦੇ ਹੋਈਏ, ਸੈਂਟਾ ਆਉਂਦਾ ਹੋਵੇ ਰੇਨਡੀਅਰ ਦੇ ਉੱਤੇ, ਸਲੇਹ ਦੇ ਉੱਤੇ ਬੈਠ ਕੇ ਆਉਂਦਾ ਹੋਵੇ, ਉਹ ਸਾਰੀਆਂ ਚੀਜ਼ਾਂ ਛੋਟੇ ਹੁੰਦੇ ਕਹਾਣੀਆਂ 'ਚ ਸੁਣਦੇ ਹੁੰਦੇ ਸੀ, ਪਰ ਇੱਥੇ ਉਹ ਕਹਾਣੀਆਂ ਨੂੰ ਥੋੜੀ ਬਹੁਤ ਰਿਐਲਿਟੀ 'ਚ ਬਦਲਣ ਦੀ ਕੋਸ਼ਿਸ਼ ਜਿਹੜੀ ਉਹ ਕੀਤੀ ਗਈ ਹੈ। ਤੇ ਅਰਸ਼ ਜਿਹੜਾ ਹੁਣ ਆਪਾਂ ਇੱਧਰ ਦੇਖ ਰਹੇ ਹੈਗੇ ਆ ਕਿ ਇੱਧਰ ਹੁਣ ਮੈਨੂੰ ਲੱਗਦਾ ਸੇਮ ਉਹਨਾਂ ਨੇ ਵੀ ਉਸ ਟਾਈਮ ਦੀ ਵੀ ਉਹ ਇਨਫੋਰਮੇਸ਼ਨ ਦਿਖਾਈ ਹੈ ਕਿ ਕਿਹੜੇ ਕਿਹੜੇ ਐਨੀਮਲਸ ਜਿਵੇਂ ਕਿਹੜੇ ਲਿਖੇ ਹੁੰਦੇ ਇੱਧਰ, ਲਾਈਕ ਐਕਚੁਅਲੀ ਨਾਰਥ ਪੋਲ 'ਚ ਪਾਏ ਜਾਂਦੇ ਨੇ। ਇਹ ਟ੍ਰਿਵੀਆਸ ਜਿਹੜੇ ਕਰਨ ਨੂੰ ਦੱਸੇ ਗਏ ਨੇ, ਤੇ ਨਾਲ ਜਦੋਂ ਅੰਦਰ ਜਾਂਦੇ ਨਾ ਬੱਚੇ ਫਿਰ ਟ੍ਰਿਪ ਕਰਦੇ ਅੰਦਰ। ਹਾਂ, ਉਹੀ ਲਾਸਟ ਟਾਈਮ ਐਗਜ਼ਿਬਿਟ ਲੱਗ ਗਈ ਸੀ। ਹਾਂਜੀ, ਸੋ ਇਹ ਐਗਜ਼ਿਬਿਸ਼ਨ ਉਹ ਫਿਰ ਉਹਦੀ ਪੂਰੀ ਫੀਲ ਜਿਹੜੇ ਨੇ ਉਹ ਬੱਚੇ ਲੈਂਦੇ ਨੇ। ਸੋ ਇੱਕ ਆਪਣੇ ਆਪ ਦੇ ਵਿੱਚ ਬਹੁਤ ਵਧੀਆ, ਤੁਸੀਂ ਉਸ ਛੱਤ ਦੇ ਉੱਪਰ ਤੁਸੀਂ ਦੇਖੋ ਕਿ ਜਿਹੜੇ ਸਨੋਫਲੇਕਸ ਲਾਈਕਸ ਬਣਾਈਆਂ ਹੋਈਆਂ ਨੇ ਉਹ ਵੀ ਬਹੁਤ ਸੋਹਣੀਆਂ ਨੇ। ਬਿਲਕੁਲ, ਤੇ ਇਹਦੇ ਨਾਲ ਆਪਣੀ ਡੈਕੋਰੇਸ਼ਨਸ ਦੀ ਗੱਲ ਕਰੀਏ, ਨਾਲ ਹੀ ਲੱਗਦਾ ਆਪਣਾ ਹਡਸਨ ਬੇ। ਹਾਂਜੀ, ਸੋ ਇਹ ਕ੍ਰਿਸਮਸ ਦੀਆਂ ਜਿਹੜੀਆਂ ਡੈਕੋਰੇਸ਼ਨਸ ਨੇ ਉਹ ਬਹੁਤ ਹੀ ਜ਼ਿਆਦਾ ਅਟਰੈਕਟ ਕਰਦੀਆਂ ਨੇ। ਲਾਸਟ ਟਾਈਮ ਵੀ ਇੱਕ ਐਪੀਸੋਡ ਦੇ ਵਿੱਚ ਆਪਾਂ ਡੈਕੋਰੇਸ਼ਨਸ ਦੇਖੀਆਂ ਸੀ, ਹੁਣ ਵੀ ਦੇਖਦੇ ਹਾਂ ਕਿਉਂਕਿ ਨੇੜੇ ਹੀ ਆਪਾਂ ਨੂੰ ਡੈਕੋਰੇਸ਼ਨਸ ਜਿਹੜੀਆਂ ਮਿਲ ਗਈਆਂ ਨੇ, ਤੇ ਹੁਣ ਉਹ ਸੇਲ 'ਤੇ ਨੇ। ਲਾਸਟ ਟਾਈਮ ਤੇ ਉਹ ਫੁੱਲ ਪ੍ਰਾਈਜ਼ ਦੇ ਉੱਤੇ ਸੀ, ਤੇ ਅਸੀਂ ਸੇਲ 'ਤੇ ਚੀਜ਼ ਲੈਣੀ ਬਹੁਤ ਪਸੰਦ ਕਰਦੇ ਹਾਂ, ਚੰਗੀ ਗੱਲ ਹੈ, ਪੈਸੇ ਜਿੱਥੇ ਬਚਦੇ ਉੱਥੇ ਬਚਾਉਣੇ ਚਾਹੀਦੇ ਨੇ, ਜਿੱਥੇ ਤੁਹਾਨੂੰ ਲੱਗਦਾ ਕਿ ਇਹ ਮੈਂ ਅਫੋਰਡ ਕਰਦਾ ਜਾਂ ਕਰਦੀ ਹਾਂ। ਜੇ ਕੋਈ $100 ਦੀ ਚੀਜ਼ ਤੁਹਾਨੂੰ 50 'ਚ ਮਿਲ ਰਹੀ ਹੈ, 40 'ਚ ਮਿਲ ਰਹੀ ਹੈ, ਵਾਈ ਨਾਟ। ਸੋ ਇਹ ਬਹੁਤ ਸੋਹਣੀਆਂ ਚੀਜ਼ਾਂ ਨੇ ਜੀ ਕ੍ਰਿਸਮਸ ਦੀਆਂ, ਤੁਸੀਂ ਇੱਥੇ ਆ ਕੇ ਬਾਏ ਕਰ ਸਕਦੇ ਹਾਂ, ਸੇਵ ਅਪ ਟੂ 60% ਆਫ, ਹੋਰ ਕੀ ਚਾਹੀਦਾ ਤੁਹਾਨੂੰ। ਸੋ ਆਹ ਦੇਖੋ ਜੀ, ਆਹ ਡੈਕੋਰੇਸ਼ਨ ਪੀਸਿਸ ਤੁਹਾਨੂੰ ਜਿਹੜੇ ਨੇ ਉਹ ਮਿਲ ਜਾਣਗੇ, ਤੁਸੀਂ ਨਾਲ ਨਾਲ ਸ਼ਾਪ ਕਰ ਸਕਦੇ ਹਾਂ, ਤੇ ਨਾਲ ਨਾਲ ਕ੍ਰਿਸਮਸ ਦੀ ਤਰ੍ਹਾਂ ਆਪਣੇ ਘਰ ਨੂੰ ਵੀ ਸਜਾ ਸਕਦੇ ਹਾਂ। ਆਪਾਂ ਮੈਂ ਇਸ ਤੋਂ ਪਹਿਲਾਂ ਆਪਾਂ ਇੱਕ ਛੋਟਾ ਜਿਹਾ ਡਿਸਕਲੇਮਰ ਦੇ ਦਈਏ ਅਰਜੀ, ਹਾਂਜੀ, ਕਿ ਜਿਸ ਟਾਈਮ ਆ ਸਾਡਾ ਜੀ ਹੁਣ ਤੁਸੀਂ ਜਿਹੜੇ ਦਰਸ਼ਕ ਐਪੀਸੋਡ ਦੇਖ ਰਹੇ ਹੋ, ਆਹ ਸੇਲ ਮੇਬੀ ਚਲਦੀ ਵੀ ਹੋ ਸਕਦੀ ਹੈ, ਮੇਬੀ ਨਹੀਂ ਵੀ ਚਲਦੀ ਹੋ ਸਕਦੀ, ਇਸ ਤੋਂ ਜ਼ਿਆਦਾ ਵੀ ਆਫ ਮਿਲ ਸਕਦਾ ਜੀ ਤੁਹਾਨੂੰ, ਕਿਉਂਕਿ ਐਂਡ ਆਫ ਸੀਜ਼ਨ ਜਾਂ ਸੀਜ਼ਨ ਤੋਂ ਬਾਅਦ
ਜੇ ਤੁਸੀਂ ਮੰਨ ਲਓ ਕ੍ਰਿਸਮਸ ਤੋਂ ਬਾਅਦ ਆਉਂਦੇ ਆ ਉਦੋਂ ਤਾਂ ਤੁਹਾਨੂੰ 80% ਆਫ ਤੇ ਵੀ ਮਿਲ ਜਾਂਦੀਆਂ ਚੀਜ਼ਾਂ ਤਾਂ ਬਾਕਸਿੰਗ ਡੇ ਵੀ ਆਣਾ ਹਾਂਜੀ ਕਿਉਂਕਿ ਉਹਨਾਂ ਨੇ ਕਲੀਅਰ ਆਊਟ ਕਰ ਦੇਣੀਆਂ ਨੇ ਸੋ ਇਸ ਤੋਂ ਘੱਟ ਜਾਂ ਇਸ ਤੋਂ ਵੱਧ ਸੇਲਸ ਤੁਹਾਨੂੰ ਮਿਲ ਸਕਦੀ ਹੈ ਇਟਸ ਅਪ ਟੂ ਯੋਰ ਡੈਸਟੀਨੀ ਕਿ ਤੁਸੀਂ ਕੀ ਤੁਹਾਡੇ ਕਿਸਮਤ 'ਚ ਹੋਵੇਗਾ ਹੋ ਸਕਦਾ ਤੁਹਾਨੂੰ ਬਹੁਤ ਸਸਤੀਆਂ ਚੀਜ਼ਾਂ ਜਿਹੜੀਆਂ ਮਿਲ ਜਾਣ ਕਿਤੇ ਵੀ ਤੁਸੀਂ ਜਾਓ ਤਾਂ ਤੁਹਾਨੂੰ ਸੇਲਸ ਜਿਹੜੀਆਂ ਨੇ ਉਹ ਮਿਲ ਸਕਦੀਆਂ ਨੇ ਆਹ ਦੇਖੋ ਜੀ ਓਰਨਾਮੈਂਟ ਹੈਗੇ ਨੇ ਸਾਰੇ ਸੋ ਤੁਸੀਂ ਆਪਣੇ ਟ੍ਰੀ ਨੂੰ ਹੋਰ ਖੂਬਸੂਰਤ ਬਣਾ ਸਕਦੇ ਆ ਇਸ ਤਰ੍ਹਾਂ ਦੇ ਓਰਨਾਮੈਂਟ ਲੈ ਕੇ ਛੋਟਾ ਟ੍ਰੀ ਵੀ ਇਹ ਛੋਟਾ ਟ੍ਰੀ ਤੁਸੀਂ ਲੈ ਸਕਦੇ ਅੱਜ ਕੱਲ ਆਹ ਬੜਾ ਟ੍ਰੈਡੀਸ਼ਨ ਹੈ ਕਰਨ ਬਰਡਸ ਲਗਾਉਣ ਦਾ ਬਰਡਸ ਲਾਉਂਦੇ ਤੇ ਮੈਂ ਦੇਖਿਆ ਹੋਰ ਵੀ ਘੋੜੇ ਲਾਏ ਜਾਂਦੇ ਆ ਹਾਂਜੀ ਉਹ ਸਲੇ ਤੇ ਉਹ ਸੈਂਟਾ ਸੈਂਟਾ ਦਾ ਫੇਸ ਤੇ ਪਰ ਆਹ ਬਰਡਸ ਮੈਂ ਪਿਛਲੇ ਸਾਲ ਤੋਂ ਨੋਟ ਕਰਨਾ ਸ਼ੁਰੂ ਕੀਤਾ ਕਿ ਰੰਗ ਬਿਰੰਗੇ ਜਾਂ ਖਾਸ ਕਰਕੇ ਰੈੱਡ ਕਲਰ ਦੇ ਬਰਡਸ ਜਿਹੜੇ ਟ੍ਰੀਜ਼ ਦੇ ਉੱਤੇ ਲੱਗੇ ਹੁੰਦੇ ਜਾਂ ਹਾਊਸ ਡੈਕੋਰੇਸ਼ਨਸ ਦੇ ਵਿੱਚ ਵੀ ਜਿਹੜੇ ਇਹ ਬਰਡ ਆ ਉਹ ਐਡ ਕੀਤੇ ਗਏ ਹੁੰਦੇ ਆ ਹਾਂਜੀ ਸੋ ਇੱਧਰ ਤੁਸੀਂ ਦੇਖੋ ਕਿ ਇਹ ਸਾਰੀਆਂ ਚੀਜ਼ਾਂ ਫੈਸਟਿਵ ਕਾਰਡਸ ਹੈਗੇ ਨੇ ਸੋ ਇਹ ਤੁਸੀਂ ਕਾਰਡਸ ਪਰ ਐਕਚੁਅਲੀ ਹੈ ਸੀਜ਼ਨ ਸਾਰਾ ਕੁਝ ਗਿਫਟਸ ਦਾ ਹੀ ਹੈ ਸੀਜ਼ਨ ਹੀ ਗਿਫਟ ਹੈ ਸੀਜ਼ਨ ਇਹ ਹੌਲੀਡੇ ਸੀਜ਼ਨ ਹੈ ਹੌਲੀਡੇ ਸੀਜ਼ਨ ਗਿਫਟ ਸੀਜ਼ਨ ਇੰਜੋਏ ਕਰਨ ਦਾ ਸੀਜ਼ਨ ਹੈਗਾ ਸੋ ਆ ਸਾਰੇ ਟ੍ਰੀ ਹੈਗੇ ਸੋ ਕਰਨ ਤੁਸੀਂ ਥੋੜਾ ਜਿਹਾ ਟ੍ਰੀਆਂ ਕੋਲ ਜਾਓ ਤੇ ਦੱਸੋ ਕਿ ਕਿਹੜਾ ਟ੍ਰੀ ਜ਼ਿਆਦਾ ਚੰਗਾ ਲੱਗਿਆ ਤੇ ਅਲੱਗ ਅਲੱਗ ਕੀ ਹੈ ਨਾ ਟ੍ਰੀਸ ਦੇ ਵਿੱਚ ਅਲੱਗ ਟ੍ਰੀਸ ਦਾ ਤਾਂ ਮੈਨੂੰ ਇੱਕ ਸਿਰਫ ਡਿਫਰੈਂਸ ਫਾਈਂਡ ਦਾ ਡਿਫਰੈਂਸ 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 ਇੱਕ ਤਾਂ ਵੈਸੇ ਮੈਂ ਇੱਕ ਦੱਸਾਂ ਜੀ ਉਹਦਾ ਬੇਸ ਨਹੀਂ ਹੈਗਾ ਜੀ ਉਹਦਾ ਉਹ ਸੈਂਟਰ ਵਾਲੇ ਦਾ ਬੇਸ ਨਹੀਂ ਹੈਗਾ ਬਟ ਜੀ ਤੋਂ ਓਬਵੀਅਸ ਤੁਸੀਂ ਬੇਸ ਮੋਡੀਫਾਈ ਕਰ ਸਕਦੇ ਹੋ ਬਟ ਅੱਛਾ ਮੈਨੂੰ ਜਿਹੜਾ ਇੱਕ ਮੇਨ ਡਿਫਰੈਂਸ ਲੱਗਦਾ ਇੱਕ ਤਾਂ ਲੈਂਥ ਦਾ ਡਿਫਰੈਂਸ ਹੋਣਾ ਤੇ ਇੱਕ ਪਲੱਸ ਇਹਨਾਂ ਦੀ ਜਿਹੜੀ ਲਾਈਟਸ ਦੀ ਕਿੰਨੀ ਲਾਈਟ ਕੀਤਾ ਹੋਣਾ ਵਿੱਚ ਅੱਛਾ ਜੀ ਮੈਂ ਫਾਈਂਡ ਕਰਾਂ ਤਾਂ ਉਹ ਥੋੜ੍ਹਾ ਜਿਹਾ ਸਕਿਨੀ ਟ੍ਰੀ ਆ ਥੋੜ੍ਹਾ ਜਿਹਾ ਓਰੀਜਨਲ ਟਾਈਪ ਲੱਗਦਾ ਲੈਫਟ ਹੈਂਡ ਸਾਈਡ ਵਾਲਾ ਜਿਹੜਾ ਕਰਨ ਦੇ ਰਾਈਟ ਹੈਂਡ ਸਾਈਡ ਦੇ ਉੱਤੇ ਆ ਉਹ ਥੋੜ੍ਹਾ ਜਿਹਾ ਗ੍ਰੀਨਿਸ਼ ਆ ਉਹ ਥੋੜਾ ਜਿਹਾ ਗ੍ਰੀਨਿਸ਼ ਲਾਈਟ ਗ੍ਰੀਨਿਸ਼ ਆ ਸੋ ਉਹ ਥੋੜਾ ਜਿਹਾ ਡਾਰਕ ਗ੍ਰੀਨਿਸ਼ ਆ ਸੋ ਇਹ ਥੋੜਾ ਜਿਹਾ ਸਪੌਟ ਕੀਤੇ ਜੀ ਅਸੀਂ ਡਿਫਰੈਂਸ ਸੋ ਕਰਨ ਇਫ ਇਸ ਸੀਜ਼ਨ ਇਹ ਫੈਸਟੀਵਲ ਸੀਜ਼ਨ ਖਾਸ ਕਰਕੇ ਇਹਨਾਂ ਦੇਸ਼ਾਂ ਦੇ ਵਿੱਚ ਤੁਹਾਨੂੰ ਕਿਵੇਂ ਲੱਗਦਾ ਦੇਖੋ ਮੈਨੂੰ ਲੱਗਦਾ ਕਿ ਹਾਂ ਜਿਵੇਂ ਆਪਾਂ ਹਰ ਇੱਕ ਥਾਂ ਤੇ ਆਪਾਂ ਸਾਰੇ ਵਰਕ ਕਰਦੇ ਆ ਰਾਈਟ ਤਾਂ ਸਾਨੂੰ ਗਿਫਟ ਕਿਹਨੂੰ ਨਹੀਂ ਅੱਛੇ ਲੱਗਦੇ ਬਟ ਆਪਾਂ ਹਰ ਸਾਲ ਦੇ ਹਮੇਸ਼ਾ ਜੀ ਗਿਫਟਸ ਐਕਸਚੇਂਜ ਕਰਦੇ ਹਰਸ ਜੀ ਮੈਨੂੰ ਦਿੰਦੇ ਮੈਂ ਅਰਜੀ ਨੂੰ ਦਿੰਦਾ ਤਾਂ ਇਹ ਸਾ ਇੱਕ ਫੈਮਲੀ ਹੈ ਜੀ ਸਾਡੀ ਇੱਕ ਅਸੀਂ ਕੰਮ ਤਾਂ ਕਰਦੇ ਹੀ ਕਰਦੇ ਆ ਪਰ ਜਿਹੜੀ ਇੱਕ ਫੈਮਲੀ ਵਾਈਬ ਹੁੰਦੀ ਹੈ ਜਦੋਂ ਅਸੀਂ ਆਪਣੇ ਘਰਾਂ ਤੋਂ ਦੂਰ ਰਹਿੰਦੇ ਆ ਕੋਈ ਫੈਮਲੀਜ਼ ਦੇ ਵਿੱਚ ਰਹਿੰਦਾ ਐਂਡ ਵਾਈ ਨਾਟ ਉਸ ਬੰਦੇ ਨੂੰ ਫੈਮਲੀ ਦਾ ਅਹਿਸਾਸ ਕਰਵਾਇਆ ਜਾਵੇ ਸੋ ਇਹ ਹੈ ਕਿ ਅਸੀਂ ਕੰਮ ਤਾਂ ਕਰਦੇ ਹੀ ਆ ਸੋ ਕੰਮ ਤੱਕ ਸੀਮਿਤ ਨਹੀਂ ਅਸੀਂ ਮੈਨੂੰ ਲੱਗਦਾ ਘਰ ਤੋਂ ਜ਼ਿਆਦਾ ਟਾਈਮ ਅਸੀਂ ਕੰਮ ਦੇ ਉੱਤੇ ਬਿਤਾਉਂਦੇ ਸੋ ਇਹ ਹੈ ਕਿ ਉਹ ਚੰਗਾ ਲੱਗਦਾ ਕਿ ਅਸੀਂ ਇੱਕ ਆਪਣੀ ਫੈਮਲੀ ਇੱਕ ਅਲੱਗ ਡਿਵੈਲਪ ਕਰ ਰਹੇ ਹਾਂ ਡਿਵੈਲਪ ਕਰਦੇ ਆ ਤੇ ਨਾਲੇ ਇਸੇ ਟਾਈਮ ਵੀ ਤਾਂ ਹੀ ਇਹ ਸੀਜ਼ਨ ਵੀ ਮੈਨੂੰ ਲੱਗਦਾ ਕਨੈਕਸ਼ਨਸ ਦੇ ਸੀਜ਼ਨ ਹੁੰਦਾ ਕਿ ਸਾਰੇ ਕੰਮ ਕਾਜ ਇਹ ਆਪਾਂ ਹੀ ਨਿਕਲੇ ਮੈਨੂੰ ਲੱਗਦਾ ਬਿਜ਼ਨਸ ਟੂ ਬਿਜ਼ਨਸ ਵੀ ਸਾਰੇ ਇੱਕੋ ਜਦ ਇਕੱਠੇ ਹੁੰਦੇ ਆ ਤਾਂ ਹਾਂ ਗਿਫਟ ਐਕਸਚੇਂਜ ਹੁੰਦੇ ਆ ਪਰ ਕਈਆਂ ਨੇ ਸਾਲ ਨਹੀਂ ਗੱਲ ਕੀਤੀ ਹੁੰਦੀ ਤਾਂ ਉਸੇ ਟਾਈਮ ਆ ਕੇ ਮਿਲਦੇ ਸਾਲ ਦੇ ਐਂਡ 'ਚ ਨਿਊ ਇਅਰ ਦਾ ਨਿਊ ਇਅਰ ਹੋ ਜਾਂਦਾ ਤੇ ਨਾਲੇ ਸਾਰੇ ਮਿਲ ਜਾਂਦੇ ਜੀ ਬਿਲਕੁਲ ਬਿਲਕੁਲ ਸੋ ਇਹ ਜਿਹੜਾ ਸੀਜ਼ਨ ਹੈਗਾ ਉਹ ਆਪਣਿਆਂ ਨੂੰ ਇਕੱਠੇ ਕਰਨ ਦਾ ਆਪਣੇ ਕਮਿਊਨਿਟੀ ਨੂੰ ਇਕੱਠੇ ਕਰਨ ਦਾ ਗਿਵਿੰਗ ਬੈਕ ਟੂ ਕਮਿਊਨਿਟੀ ਕਰਨ ਦਾ ਤੇ ਬਹੁਤ ਸਾਰੇ ਲੋਕ ਇਸ ਸੀਜ਼ਨ ਦੇ ਵਿੱਚ ਇੰਜੋਏ ਜਿਹੜਾ ਉਹ ਬਹੁਤ ਜ਼ਿਆਦਾ ਰੱਜ ਕੇ ਇੰਜੋਏ ਕਰਦੇ ਜਿਵੇਂ ਤੁਸੀਂ ਲਾ ਲਓ ਜੀ ਇੱਥੇ ਆਪਣਾ ਇੰਡੀਅਨਸ ਦਾ ਦੀਵਾਲੀ ਕਨੈਕਸ਼ਨ ਦਾ ਸੀਜ਼ਨ ਹੁੰਦਾ ਇਹ ਕ੍ਰਿਸਮਸ ਹੈ ਇੱਥੇ ਹਾਂਜੀ ਸਾਨੂੰ ਨੋ ਡਾਊਟ ਆਪਣੀ ਹਿਸਟਰੀ ਆਪਣਾ ਇਤਿਹਾਸ ਭੁੱਲਣਾ ਨਹੀਂ ਚਾਹੀਦਾ ਪਰ ਆ ਸਾਡੇ ਸ਼ੋਅ ਦਾ ਥੀਮ ਹੀ ਇਸ ਤਰ੍ਹਾਂ ਦਾ ਕਿ ਅਸੀਂ ਉਹ ਚੀਜ਼ਾਂ ਦਿਖਾਉਂਦੇ ਹਾਂ ਤੁਹਾਨੂੰ ਜਿੱਥੇ ਤੁਸੀਂ ਵਿਜ਼ਿਟ ਕਰ ਸਕਦੇ ਆ ਜਿੱਥੇ ਤੁਸੀਂ ਆ ਕੇ ਇੰਜੋਏ ਕਰ ਸਕਦੇ ਆ ਸੋ ਇਸੇ ਕਰਕੇ ਸਾਡੇ ਇਸ ਸ਼ੂਟ ਦਾ ਮਤਲਬ ਇਹੀ ਹੈ ਕਿ ਇੱਥੇ ਤੁਸੀਂ ਇੰਜੋਏ ਕਰ ਸਕਦੇ ਆ ਬੱਚਿਆਂ ਨੂੰ ਲੈ ਕੇ ਆ ਸਕਦੇ ਆ ਪਰ ਨਾਲ ਨਾਲ ਜੇ ਨਹੀਂ ਆਏ ਤਾਂ ਪਰ ਅਸੀਂ ਅੱਜ ਰੌਣਕਾਂ ਹੀ ਦੇਖ ਰਹੇ ਹਾਂ ਕਿ ਰੌਣਕਾਂ ਕਿਸ ਤਰ੍ਹਾਂ ਦੀਆਂ ਲੱਗੀਆਂ ਹੋਈਆਂ ਨੇ ਮੈਨੂੰ ਸਭ ਤੋਂ ਜ਼ਿਆਦਾ ਰੌਣਕਾਂ ਕਰਨ ਜੇ ਆਪਾਂ ਸਾਰੇ ਥਾਵਾਂ ਦਾ ਕੰਪੇਅਰ ਕਰੀਏ ਤਾਂ ਇੱਥੇ ਹੀ ਲੱਗੀਆਂ ਸਭ ਤੋਂ ਜ਼ਿਆਦਾ ਗਿਲਫਟ ਅੱਛਾ ਲੱਗਿਆ ਜੀ ਸੋ ਹੁਣ ਗਿਲਫਟ ਦੇ ਨਾਲ ਹੀ ਹੁਣ ਮੈਨੂੰ ਲੱਗਦਾ ਆਪਾਂ ਨਾ ਆਪਾਂ ਆਪਣੇ ਐਪੀਸੋਡ ਦੀ ਕਲੋਜ਼ਿੰਗ 'ਚ ਇੱਕ ਆਹ ਚੀਜ਼ ਕਰਦੇ ਹਾਂ ਕਿ ਆਪਾਂ ਸਾਰੀ ਇੱਕ ਸਮਰੀ ਕੱਢਦੇ ਹਾਂ ਜੋ ਵੈਨਕੂਵਰ 'ਚ ਚੱਲਦਾ ਹੈ ਐਂਡ ਸਾਰੀਆਂ ਚੀਜ਼ਾਂ ਜੋ ਕ੍ਰਿਸਮਸ ਦੇ ਸੀਜ਼ਨ ਨੇ ਹੁੰਦੀਆਂ ਆਈਆਂ ਉਹ ਆਪਾਂ ਇੱਕ ਗਲਿਮਪਸ ਦਿਖਾਉਂਦੇ ਹਾਂ ਬਿਲਕੁਲ ਜੀ ਸੋ ਸਾਡੇ ਕੋਲ ਥੋੜੀਆਂ ਜਿਹੀਆਂ ਵੀਡੀਓਜ਼ ਹੈਗੀਆਂ ਨੇ ਕੁਝ ਤੁਸੀਂ ਇੰਜੋਏ ਕਰੋ ਜੀ ਫਿਰ ਆਪਾਂ ਚੱਲਦੇ ਹਾਂ ਜੀ ਕਲੋਜ਼ਿੰਗ ਕਰੀਏ ਓਕੇ
ਟਰੈਵਲ ਹੌਟਸਪੌਟ ਐਕਸਪਲੋਰ ਬੀਸੀ ਤੇ ਅੱਜ ਦੇਖੀਆਂ ਅਸੀਂ ਵੈਨਕੂਵਰ, ਸਰੀ, ਰਿਚਮੰਡ ਦੀਆਂ ਰੌਣਕਾਂ, ਕਈ ਜਗ੍ਹਾ ਦੇ ਉੱਤੇ ਠੀਕ ਠੀਕ ਜਿਹੀਆਂ ਰੌਣਕਾਂ ਸੀ ਤੇ ਕਈ ਜਗ੍ਹਾ ਦੇ ਉੱਤੇ ਐਨ ਵਧੀਆ ਤਰੀਕੇ ਦੇ ਨਾਲ ਕ੍ਰਿਸਮਸ, ਹਾਂਜੀ, ਕ੍ਰਿਸਮਸ ਸੈਲੀਬ੍ਰੇਟ ਕੀਤੀ ਜਾ ਰਹੀ ਸੀ। ਸੋ ਕਰਨ, ਕਿਵੇਂ ਲੱਗਿਆ ਪੂਰਾ ਓਵਰਆਲ ਮਾਹੌਲ? ਓਵਰਆਲ ਮਾਹੌਲ ਅੱਜ ਦਾ ਆਪਾਂ ਐਪੀਸੋਡ, ਮੈਨੂੰ ਲੱਗਦਾ ਕਿ ਆਪਾਂ ਇੰਨਾ ਵਿਜ਼ਿਟ ਕੀਤਾ, ਉਹ ਇੰਨਾ ਵਿਜ਼ਿਟ ਆਪਾਂ ਇੰਨਾ ਘੁੰਮ ਚੁੱਕੇ ਆਪਾਂ ਆਪਣੇ ਐਪੀਸੋਡ 'ਚ ਕਿ ਹੁਣ ਸਾਰੀ ਜੋ ਛੋਟੀ ਮੋਟੀ ਲੱਗਣ ਲੱਗ ਗਈਆਂ। ਤੇ ਬਟ ਹਾਂ, ਜੇ ਵੈਸੇ ਆਪਾਂ ਅੱਜ ਦੇ ਆਪਾਂ ਰੈਂਕ ਕਰੀਏ ਤਾਂ ਸਭ ਤੋਂ ਵਧੀਆ ਆਪਣਾ ਗਿਲਫੋਰਡ ਸੀਗਾ, ਜੇ ਆਪਾਂ ਟੌਪ ਮੋਸਟ ਰੈਂਕ ਕਰੀਏ। ਬਟ ਓਬਵੀਅਸਲੀ ਸਾਰਿਆਂ ਦੀ ਰੌਣਕਾਂ ਤੇ ਡਿਪੈਂਡ ਕਰਦਾ, ਕਿਉਂਕਿ ਤੁਸੀਂ ਕਈ ਬੰਦੇ ਡਾਊਨ ਟਾਊਨ ਵਾਈਬ ਲਾਈਕ ਕਰਦੇ, ਤਾਂ ਡਾਊਨ ਟਾਊਨ ਵਾਈਬ ਲੈਣ ਲਈ ਤੁਹਾਨੂੰ ਡੈਫੀਨੇਟਲੀ ਉੱਧਰ ਹੀ ਜਾਣਾ ਪਊਗਾ ਜਿੱਥੇ ਆਪਾਂ ਸਭ ਤੋਂ ਫਸਟ ਪਲੇਸ ਗਏ ਸੀਗੇ। ਰੌਬਸਨ ਇੰਕ ਦੀ ਜਿਹੜੀ ਹੈਗੀ ਹੈ ਵਾਈਬ, ਉਹ ਵੀ ਇੰਜੋਏ ਕਰੋ, ਤੇ ਨਾਲ ਦੇ ਨਾਲ ਜਦ ਇੱਧਰ ਵੱਡਾ ਜਿਹੜਾ ਟੋਲੈਸਟ ਟ੍ਰੀ ਮੰਨਿਆ ਜਾਂਦਾ ਵੈਨਕੂਵਰ ਦਾ, ਉੱਥੇ ਲੱਗਿਆ, ਉੱਥੇ ਜਾ ਕੇ ਇੰਜੋਏ ਕੀਤਾ ਜਾ ਸਕਦਾ। ਰੈਂਕ ਜੇ ਮੈਂ ਆਪਣੇ ਹਿਸਾਬ ਦੇ ਨਾਲ ਕਰਾਂ, ਗਿਲਫਰਡ, ਰਿਚਮੰਡ, ਦੈਨ ਆਈਸ ਰਿੰਕ ਤੋਂ ਪਹਿਲਾਂ ਜਿਹੜਾ ਸੀਗਾ ਆਰਟ ਗੈਲਰੀ, ਫਿਰ ਆਈਸ ਰਿੰਕ, ਐਂਡ ਦੈਨ ਐਂਡ ਦੇ ਉੱਤੇ ਆਪਾਂ ਕਵਾਂਗੇ ਸਰੀ ਸਿਟੀ ਵਾਲੇ, ਜਿਨ੍ਹਾਂ ਨੇ ਹਜੇ ਤੱਕ ਸ਼ਾਮ ਤੱਕ ਟ੍ਰੀ ਦੀਆਂ ਲਾਈਟਾਂ ਨਹੀਂ ਜਗਾਈਆਂ ਸੀ। ਸੋ ਪਲੀਜ਼ ਭਾਈ, ਟ੍ਰੀ ਦੀਆਂ ਲਾਈਟਾਂ ਜਗਾ ਕੇ ਰੱਖੋ, ਥੋੜੇ ਟਾਈਮ ਕ੍ਰਿਸਮਸ ਦੇ ਵਿੱਚ ਰਹਿ ਗਿਆ। ਸੋ ਕ੍ਰਿਸਮਸ ਨੂੰ ਇੰਜੋਏ ਕਰੋ, ਨਾਲ ਨਾਲ ਸਿਹਤਾਂ ਦਾ ਵੀ ਧਿਆਨ ਰੱਖੋ, ਕਿਉਂਕਿ ਬੱਚਿਆਂ ਨੂੰ ਛੁੱਟੀਆਂ ਹੋ ਜਾਣੀਆਂ ਨੇ, ਠੰਡ ਦੇ ਸੀਜ਼ਨ ਦਾ ਵਿੱਚ ਆਪਣਾ ਧਿਆਨ ਰੱਖੋ, ਬੱਚਿਆਂ ਨੂੰ ਘੁਮਾ ਕੇ ਲੈ ਕੇ ਆਓ। ਸੋ ਇਹੀ ਕੁਝ ਜਿਹੜਾ ਮਾਹੌਲ ਜਿਹੜਾ ਉਹ ਦੇਖਣ ਨੂੰ ਮਿਲਦਾ। ਸੋ ਨਾਲ ਨਾਲ ਆਪਣੇ ਇਤਿਹਾਸ ਦੇ ਨਾਲ ਵੀ ਜੋੜ ਕੇ ਰੱਖੋ, ਉਹਦੇ ਬਾਰੇ ਵੀ ਆਪਾਂ ਗੱਲਬਾਤ ਅਗਲੇ ਪ੍ਰੋਗਰਾਮਾਂ ਦੇ ਵਿੱਚ, ਹੋਰ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਵਾਂਗੇ। ਪਰ ਅੱਜ ਦਾ ਮੋਟਿਵ ਸਾਡਾ ਇਹੀ ਸੀਗਾ ਕਿ ਟਰੈਵਲ ਕਰਕੇ ਦਿਖਾਉਣਾ ਕਿ ਕਿਸ ਤਰ੍ਹਾਂ ਦੀਆਂ ਰੌਣਕਾਂ ਨੇ। ਉਮੀਦ ਕਰਦੇ ਹਾਂ ਕਿ ਤੁਹਾਨੂੰ ਅੱਜ ਦਾ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ। ਕਰਨੇ ਕੋਈ ਦੱਸ ਦਈਏ ਸਾਡੇ ਪ੍ਰੋਗਰਾਮ ਦੇ ਸਪੋਂਸਰ? ਜੀ, ਸਾਨੂੰ ਪ੍ਰੋਗਰਾਮ ਨੂੰ ਸਪੋਂਸਰ ਕੀਤਾ ਹੈ ਜੀ HP ਸਿੰਘ ਚਾਟਰ ਸਟੋਰ। ਦੋ ਲੋਕੇਸ਼ਨਾਂ ਨੇ, ਤੁਸੀਂ ਜਾ ਕੇ ਉਹਨਾਂ ਦੇ ਕੋਲ ਡੀਲਸ ਵੀ ਗ੍ਰੈਬ ਕਰ ਸਕਦੇ ਹੋ। ਜਿੱਥੇ ਮਰਜ਼ੀ ਜਾਓ, ਪਾਇਲ ਬਿਜ਼ਨਸ ਜਾਓ ਤੇ ਸਕੌਟ ਰੋਡ ਜਾ ਕੇ ਵੀ ਡੀਲ ਕਰ ਸਕਦੇ ਹੋ ਜੀ। ਸਾਂਝਾ TV, ਟਰੈਵਲ ਹੌਟਸਪੌਟ, ਅਰਸ਼ ਕਰਨ, ਕੁਛ ਵੀ ਬੋਲ ਦਿਓ, ਡੀਲਸ ਮਿਲ ਜਾਣਗੇ ਜੀ ਤੁਹਾਨੂੰ। 50% ਆਫ ਟਰਮਸ ਐਂਡ ਕੰਡੀਸ਼ਨਸ ਅਪਲਾਈ। ਜ਼ਰੂਰ ਪਹੁੰਚੋ ਤੇ ਦੇਸੀ ਬਾਈਟ ਰੈਸਟੋਰੈਂਟ ਵਾਲਿਆਂ ਦਾ ਵੀ ਧੰਨਵਾਦ ਕਰਦੇ ਹਾਂ ਕਿ ਉਹ ਹਮੇਸ਼ਾ ਸਪੌਂਸਰ ਕਰਦੇ ਨੇ, ਸਾਥ ਦਿੰਦੇ ਨੇ, ਤੇ ਨਾਲ ਨਾਲ ਉਹਨਾਂ ਦੀਆਂ ਤੁਸੀਂ ਇੰਡੀਅਨ ਡਿਸ਼ਿਜ਼, ਤੁਸੀਂ ਉਹਨਾਂ ਦਾ ਫੂਡ, ਲੰਚ, ਡਿਨਰ, ਬ੍ਰੈਕਫਾਸਟ ਜਿਹੜਾ ਉਹ ਇੰਜੋਏ ਕਰ ਸਕਦੇ ਆ। ਜੂਸ ਉਹਨਾਂ ਦਾ ਟਰਾਈ ਕਰਨਾ ਨਾ ਭੁੱਲਿਓ, ਨੰਬਰ 1 ਫਰੈਸ਼ ਫਰੂਟਸ ਦਾ ਜੂਸ ਤੁਹਾਡੇ ਲਈ ਬਣਾਉਂਦੇ ਨੇ, ਤੇ ਕਈ ਉਹਨਾਂ ਦੀਆਂ ਵਰਾਇਟੀਜ਼ ਨੇ। ਤੇ ਨਾਲ ਸਾਂਝਾ TV ਦਾ ਨਾਮ ਲਏ ਤੇ ਤੁਹਾਨੂੰ ਮਿਲੇਗਾ ਜੀ 15%, ਯਾਨੀ ਕਿ 15% ਆਫ। ਜ਼ਰੂਰ ਪਹੁੰਚੋ ਜੀ ਇਹਨਾਂ ਸਾਰੇ ਬਿਜ਼ਨੈਸਿਸ ਤੇ, ਸਾਥ ਦਿਓ ਇਹਨਾਂ ਦਾ, ਕਮਿਊਨਿਟੀ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਸਰਵ ਕਰਦੇ ਨੇ, ਤੇ ਅਸੀਂ ਵੀ ਤੁਹਾਡੇ ਤੱਕ ਇਸ ਤਰ੍ਹਾਂ ਇਨਫੋਰਮੇਸ਼ਨ ਤੇ ਅਪਡੇਟ ਪਹੁੰਚਾਉਂਦੇ ਰਵਾਂਗੇ ਜੀ। ਸੋ ਕਰਨ, ਚੱਲੀਏ ਜੀ ਅਗਲੀ ਵਾਰੀ ਕਿਤੇ ਹੋਰ ਨਵੀਂ ਜਗ੍ਹਾ ਤੇ ਲੱਭਣ ਦੇ ਨੂੰ। ਬਿਲਕੁਲ ਜੀ, ਆਪਾਂ ਅਗਲੇ ਹਫਤੇ ਫੇਰ ਮਿਲਾਂਗੇ ਤੁਹਾਨੂੰ ਨਵੇਂ ਐਪੀਸੋਡ ਤੇ ਨਵੀਂ ਜਗ੍ਹਾ ਤੇ। ਬਿਲਕੁਲ ਜੀ, ਸੋ ਆਪਣਾ ਰੱਖੋ ਖਿਆਲ, ਮੈਨੂੰ ਤੇ ਕਰਨ ਨੂੰ ਇੱਥੇ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਚਲੋ ਜੀ, ਆਪਾਂ ਗਲਤੀ ਕਰ ਦਿੰਦੇ ਹਾਂ, ਠੀਕ ਹੈ। ਆਵਾਜ਼ ਤਾਂ ਚੈੱਕ ਹੀ ਨਹੀਂ ਕੀਤੀ। ਹੈਲੋ 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 ਅਰੇ ਮਾਫੀ ਤਾਂ। HP Singh Chatter Store presents Travel Hotspot, Explore BC.